अकाल चैनल नू सब्सक्राइब करो, नवी वीडियोस दी नोटिफिकेशन दे ले, बेल आइकन नू क्लिक करना ना भूलना। ਸਤਿ ਸ਼੍ਰੀ ਅਕਾਲ ਸਲਾਮ ਅਰਜ ਹੈ ਸਾਰੇ ਦੇਸ਼ ਵਿਦੇਸ਼ ਦੇ ਦਾਨਿਸ਼ਮੰਦ ਦਰਸ਼ਕਾਂ ਨੂੰ ਜੋ ਇਸ ਵਕਤ ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਨਾਲ ਜੁੜੇ ਨੇ। ਮੈਂ ਤੁਹਾਡਾ ਦੋਸਤ ਪਰਮਿੰਦਰ ਸਿੰਘ ਟਿਵਾਣਾ ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਮੌਜੂਦ ਮਹਿਮਾਨ ਨੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਅੱਜ ਕੱਲ੍ਹ ਸਾਹਿਤ ਰਚਨਾ ਦੇ ਵਿੱਚ ਬੜੇ ਮਸ਼ਰੂਫ਼ ਸਾ ਅਤਿੰਦਰਪਾਲ ਸਿੰਘ ਖਾਲਿਸਤਾਨੀ ਸਾਹਿਬ, ਸਵਾਗਤ ਹੈ ਆਪ ਜੀ ਦਾ। ਗੁਰ ਫਤਿਹ ਜੀ। ਸੋ ਖਾਲਸਾ ਜੀ, ਇਲੈਕਸ਼ਨ ਜਿਹੜੇ ਨੇ ਨਿਬੜ ਚੁੱਕੇ ਨੇ ਅਤੇ ਜਿਹੜੇ ਨੇ ਐਗਜ਼ਿਟ ਪੋਲ ਧੜਾ ਧੜਾ ਆ ਰਹੇ ਨੇ, ਪਰ ਇਸ ਦੌਰਾਨ ਜਿਹੜੀ ਸਭ ਤੋਂ ਵੱਧ ਦਿਲਚਸਪੀ ਪੰਜਾਬੀਆਂ ਦੀ ਬਣੀ ਹੈ ਇਹ ਹੈ ਕਿ ਜਿਸ ਤਰ੍ਹਾਂ ਇਲੈਕਸ਼ਨ ਦੇ ਪ੍ਰਚਾਰ ਦੇ ਆਖਰੀ ਦਿਨੀ ਬਠਿੰਡਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਕੁਛ ਸਪੱਸ਼ਟ ਕੀਤਾ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸੰਬੰਧੀ ਦੋਸ਼ੀਆਂ ਨੂੰ ਸਜ਼ਾ ਨਹੀਂ ਹੁੰਦੀ ਤਾਂ ਮੈਂ ਅਹੁਦਿਆਂ ਨੂੰ ਲੱਤ ਮਾਰ ਜਾਵਾਂਗਾ। ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੇ ਸਿੱਧਾ ਸਿੱਧਾ ਘੇਰਿਆ ਕਿ ਜਿਹੜੇ ਵਾਅਦੇ ਕਰਕੇ ਅਸੀਂ ਆਏ ਸੀ ਉਹਨਾਂ ਤੋਂ ਅਸੀਂ ਬੇਵਫਾਈ ਕਰ ਰਹੇ ਹਾਂ, ਅਤੇ ਉਹਨਾਂ ਨੇ ਦੋਸ਼ ਕੈਪਟਨ ਅਮਰਿੰਦਰ ਸਿੰਘ 'ਤੇ 75-25 ਦੀ ਹਿੱਸੇਦਾਰੀ ਦੇ ਵੀ ਲਾ ਦਿੱਤੇ ਨੇ। ਕੀ ਲੱਗਦਾ ਨਵਜੋਤ ਸਿੰਘ ਸਿੱਧੂ ਦੇ ਇਸ ਮਾਮਲੇ 'ਤੇ? ਕਪਤਾਨ ਸਾਹਿਬ ਵੀ ਬੋਲੇ ਨੇ, ਉਹਨਾਂ ਨੇ ਵੀ ਕਿਹਾ ਕਿ ਸਿੱਧੂ ਮੇਰੀ ਕੁਰਸੀ ਖੋਣਾ ਚਾਹੁੰਦਾ। ਸੋ ਕੁਰਸੀ ਦੀ ਲੜਾਈ ਕਾਂਗਰਸ 'ਚ ਆਪਸ 'ਚ ਹੋ ਗਈ ਹੈ, ਇਲੈਕਸ਼ਨ ਅਜੇ ਰਿਜ਼ਲਟ ਅਨਾਊਂਸ ਹੁੰਦਿਆਂ ਹੀ। ਕੀ ਲੱਗਦਾ ਤਿੰਦਰਪਾਲ ਸਿੰਘ ਜੀ, ਤੁਸੀਂ ਪਾਰਲੀਮੈਂਟ ਤੱਕ ਪਿੰਡਾਂ ਤੱਕ ਇਸ ਸਿਆਸਤ ਨੂੰ ਵਾਚਿਆ ਹੰਢਾਇਆ, ਜਿਹੜਾ ਇਹਨਾਂ ਦੋਨਾਂ ਸਿੱਧੂਆਂ ਦੇ ਵਿੱਚ ਰੌਲਾ ਪਿਆ, ਸਿੱਧੂ ਨਾਲ ਖੈਬੜੇ ਸਿੱਧੂ, ਕਿਹੜਾ ਕਿਹਨੂੰ ਮਿੱਧੂ ਜੀ? ਟਿਵਾਣਾ ਸਾਹਿਬ, ਬੜੀ ਸਹੀ ਗੱਲ ਤੁਸੀਂ ਕਹੀ ਹੈ, ਪਰ ਜੋ ਕੁਛ ਵੀ ਨਵਜੋਤ ਸਿੱਧੂ ਨੇ ਕਿਹਾ, ਮੈਂ ਪੰਜਾਬ ਦੇ ਲੋਕਾਈ ਦੇ ਤੌਰ 'ਤੇ ਇੱਕ ਗੱਲ ਬੜੀ ਸਪੱਸ਼ਟ ਕਹਿਣਾ ਚਾਹੁੰਦਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਪਸੰਦ ਆਇਆ। ਸਿੱਧੂ ਦੀ ਕਥਨੀ ਬਠਿੰਡਾ ਵਿੱਚ ਵੀ ਅਤੇ ਫਿਰ ਉੱਥੇ ਗੁਰਦਾਸਪੁਰ ਵਿੱਚ ਵੀ, ਇਹਦੇ ਦੋਨੋਂ ਪਾਸੇ ਦੇ ਭਾਸ਼ਣ ਜਿਹੜੇ ਆਏ ਨੇ, ਇਹਦੇ ਵਿੱਚ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਲੱਗਾ ਕਿ ਬਈ ਸਾਡੀ ਜ਼ਮੀਰ ਦੀ ਆਵਾਜ਼ ਸਿੱਧੂ ਨੇ ਅੱਗੇ ਲੈ ਆਉਂਦੀ ਆ, ਇਸ ਦਾ ਫਾਇਦਾ ਸਿੱਧੂ ਨੂੰ ਮਿਲੇਗਾ ਔਰ ਮੇਰੇ ਖਿਆਲ ਵਿੱਚ ਮਿਲਣਾ ਵੀ ਚਾਹੀਦਾ ਜੀ। ਜਿੱਥੋਂ ਤੱਕ ਕੈਪਟਨ ਸਾਹਿਬ ਦਾ ਕਹਿਣਾ ਹੈਗਾ ਕਿ ਮੇਰੀ ਕੁਰਸੀ ਖੋਣਾ ਚਾਹੁੰਦਾ, ਉਹ ਇਸ ਦਾ ਮਤਲਬ ਜ਼ਾਹਰ ਹੈ ਕਿ ਬਈ ਕੈਪਟਨ ਸਾਹਿਬ ਅੰਦਰੋਂ ਇਹ ਸਮਝ ਗਏ ਨੇ। ਦੇਖੋ, ਕੈਪਟਨ ਸਾਹਿਬ ਦੇ ਤਿੰਨ ਬਿਆਨਾਂ ਨੂੰ ਬੜੀ ਅਹਿਮੀਅਤ ਦੇਣੀ ਚਾਹੀਦੀ ਹੈ ਇਸ ਵੇਲੇ ਪੰਜਾਬ ਦੇ ਸੰਦਰਭ ਵਿੱਚ। ਇੱਕ ਤਾਂ ਉਹ ਸ਼ਰੇਆਮ ਕਹਿ ਗਏ ਕਿ ਜਾਖੜ ਭਵਿੱਖ ਦਾ ਮੁੱਖ ਮੰਤਰੀ ਹੋਏਗਾ, ਕੁਰਸੀ ਤਾਂ ਵਾਪਸ ਛੱਡੀ ਜਾਂਦੇ ਨੇ, ਠੀਕ ਹੈ ਨਾ ਜੀ? ਅਤੇ ਇਹ ਗੱਲ ਕਹਿਣ ਦੀ ਕੀ ਕਿਉਂ ਲੋੜ ਪਈ? ਐਸੇ ਕਰਕੇ ਲੋੜ ਪਈ ਕਿ ਕੈਪਟਨ ਨੂੰ ਲੱਗ ਰਿਹਾ ਕਿ ਜਿਹੜੀ ਮੇਰੀ 75-25 ਦੀ ਵਫਾਦਾਰੀ ਬਾਦਲਾਂ ਨਾਲ ਜੁੜੀ ਹੈ, ਉਹ ਕਿਤੇ ਨਾ ਕਿਤੇ ਹੁਣ ਜੱਗ ਜਾਹਰ ਲੋਕਾਂ ਤੱਕ ਪਹੁੰਚ ਗਈ ਹੈ ਤੇ ਮੇਰੀ ਕੁਰਸੀ ਹਿੱਲ ਸਕਦੀ ਹੈ। ਵੈਸੇ ਤਾਂ ਇਹ ਮੰਨਿਆ ਜਾਂਦਾ ਕਿ ਮੁੱਖ ਮੰਤਰੀ ਮਾਲਵੇ 'ਚੋਂ ਅਤੇ ਮਾਲਵੇ 'ਚੋਂ ਜਗ੍ਹਾ ਸਿੱਖਾਂ 'ਚੋਂ ਜੱਟਾਂ 'ਚੋਂ ਇਹ ਬਣਦਾ ਆਇਆ, ਕਿ ਇਹ ਜਿਹੜਾ ਹਿੰਦੂਤਵ ਦਾ ਪੱਤਾ ਵੀ ਖੇਡ ਗਏ ਨੇ ਕਪਤਾਨ ਸਾਹਿਬ ਹੁਣ ਇੱਥੇ ਜਾਖੜ ਦਾ ਨਾਂ ਲੈ ਕੇ? ਨਹੀਂ, ਮੈਨੂੰ ਐਸਾ ਨਹੀਂ ਲੱਗਦਾ ਜੀ। ਹਾਂ ਦੇਖੋ, ਜਾਖੜ ਦੀ ਸੀਟ ਗੁਰਦਾਸਪੁਰ ਦੀ ਮੈਨੂੰ ਪੱਕੀ ਲੱਗਦੀ ਹੈ, ਉਹਦੇ ਵਿੱਚ ਉਹਨੂੰ ਹਿਲਾਉਣ ਵਾਲਾ ਉੱਥੇ ਨਹੀਂ ਹੈਗਾ, ਕਿਉਂਕਿ ਸੰਨੀ ਦਿਓਲ ਦੇ ਵਿੱਚ ਕੋਈ ਇਤਨਾ ਰਾਜਨੀਤਿਕ ਨਾਮ ਨਹੀਂ ਹੈ, ਸਿਰਫ ਇੱਕ ਫਿਲਮ ਸਟਾਰ ਦੇ ਤੌਰ 'ਤੇ ਉਹ ਸੀਟ ਹੁਣ ਨਹੀਂ ਨਿਕਲਦੀ ਗੁਰਦਾਸਪੁਰ ਦੀ, ਭਾਜਪਾ ਵਾਸਤੇ ਬਿਲਕੁਲ ਨਹੀਂ ਨਿਕਲਦੀ ਜੀ। ਪਰ ਜਿਹੜੀ ਗੱਲ ਸਿੱਧੂ ਦੀ, ਸਿੱਧੂ ਨਾਲ ਤੁਸੀਂ ਲੜਾਈ ਦੀ ਕਹੀ ਹੈ, ਦੋਨੋਂ ਸਿੱਧੂ ਔਰ ਉਹ ਵੀ ਦੋਨੋਂ ਪਟਿਆਲੇ ਦੇ, ਇਹ ਵੀ ਗੱਲ ਖਾਸ ਹੈਗੀ ਹੈ ਜੀ। ਔਰ ਦੋਨਾਂ ਦਾ ਪਿਛੋਕੜ ਖਾਨਦਾਨੀ ਕਾਂਗਰਸੀ ਹੈ, ਚਾਹੇ ਨਵਜੋਤ ਸਿੱਧੂ ਕਈ ਕਾਰਨਾਂ ਕਰਕੇ ਭਾਜਪਾ ਵਿੱਚ ਵਿਚਰਦਾ ਰਿਹਾ, ਹਾਂ ਪਰ ਹੈ ਦੋਨੋਂ ਕਾਂਗਰਸੀ ਨੇ, ਕਲਚਰ ਵੀ ਇਹਨਾਂ ਦਾ ਕਾਂਗਰਸੀ ਹੈ। ਉਸ ਵਿੱਚ ਨਵਜੋਤ ਸਿੰਘ ਸਿੱਧੂ ਦੇ ਹਿੱਸੇ ਆ ਗੱਲ ਜ਼ਰੂਰ ਗਈ ਹੈ ਕਿ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਕੀਤੀ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਰਗੇ ਸੰਜੀਦਾ ਮੁੱਦੇ 'ਤੇ ਜੇ ਉਹ ਅਸਤੀਫਾ ਦੇ ਜਾਂਦਾ ਤਾਂ ਉਹ ਭਵਿੱਖ ਦਾ ਪੰਜਾਬ ਦਾ ਲੀਡਰ ਹੋ ਸਕਦਾ, ਇਸ ਵਿੱਚ ਕੋਈ ਦੋ ਰਾਵਾਂ ਨਹੀਂ ਨੇ, ਕਿਉਂਕਿ ਜਿਹੜਾ ਸਿੱਖ ਸਮਾਜ ਹੈਗਾ, ਸਿੱਖ ਸਮਾਜ ਇਸ ਵੇਲੇ ਲੀਡਰਲੈਸ ਹੋਇਆ ਹੋਇਆ, ਇਸ ਕੋਲ ਕੋਈ ਵੀ ਦੂਸਰੀ ਜਮਾਤ ਨਹੀਂ ਹੈਗੀ ਹੈ। ਇਹਨਾਂ ਵੋਟਾਂ ਵਿੱਚ ਵੀ ਮੈਂ ਇਹ ਚੀਜ਼ ਬੜੀ ਸੰਜੀਦਗੀ ਨਾਲ ਦੇਖੀ ਔਰ ਆ ਇੱਕ ਦਰਦ ਭੋਗਿਆ ਵੀ ਹੈ ਕਿ ਸਿੱਖ ਸਮਾਜ ਦੁਵਿਧਾ ਹੀ ਸੀ ਕਿ ਬਈ ਉਹ ਵੋਟ ਕਿਹਨੂੰ ਪਾਏ,
ਕਿਉਂਕਿ ਉਹਦੇ ਕੋਲ ਕੋਈ ਵੀ ਦੂਜੀ ਧਿਰ ਨਹੀਂ ਸੀ ਜਾਂ ਤੀਜੀ ਧਿਰ ਨਹੀਂ ਸੀ ਜੀ। ਐਸੇ ਮੌਕੇ 'ਤੇ ਨਵਜੋਤ ਸਿੱਧੂ ਵੱਲੋਂ ਇਹ ਬਿਆਨ ਦੇਣਾ ਔਰ ਦੂਸਰਾ ਬਿਆਨ ਇਹ ਦੇਣਾ ਕਿ ਜੇ ਕਾਂਗਰਸ ਦੀ ਸੱਤਾਧਾਰੀ ਧਿਰ ਨੇ ਮਤਲਬ ਕੈਪਟਨ ਸਾਹਿਬ ਨੇ ਕੁਛ ਕੀਤਾ ਹੁੰਦਾ ਤੇ ਸਾਨੂੰ ਇਹ ਦਿਨ ਨਹੀਂ ਸੀ ਦੇਖਣੇ ਪੈਣੇ। ਇਹ ਗੱਲ ਬਿਲਕੁਲ ਵਾਜਬ ਹੈ ਜੀ। ਕਾਂਗਰਸੀ ਐਮ ਐਲ ਏ ਕੋਲ ਆਪੋ ਆਪਣੇ ਹਲਕੇ 'ਚ ਲੋਕਾਂ ਨੂੰ ਵੋਟ ਮੰਗਣ ਵਾਸਤੇ ਕਹਿਣ ਜੋਗਾ ਕੁਛ ਵੀ ਨਹੀਂ ਸੀ ਹੈਗਾ ਉਹਨਾਂ ਦੇ ਪੱਲੇ। ਬਾਏ ਡਿਫਾਲਟ ਇੱਕ ਵਿਰੋਧ ਦੀ ਭਾਵਨਾ ਦੇ ਤਹਿਤ ਕਾਂਗਰਸ ਨੂੰ ਨੈਗੇਟਿਵ ਵੋਟ ਮਿਲੇਗੀ, ਪੋਜ਼ਿਟਿਵ ਵੋਟ ਨਹੀਂ ਮਿਲੇਗੀ। ਅੱਛਾ, ਇਹਦਾ ਜਿਸ ਤਰ੍ਹਾਂ ਹੁਣ ਕਪਤਾਨ ਸਾਹਿਬ ਆਪਣੀ ਖੱਲ ਬਚਾਉਣ ਦੀ ਵੀ ਕੋਸ਼ਿਸ਼ ਕਰਦੇ ਹਨ, ਜਿਵੇਂ ਉਹਨੇ ਕਿਹਾ ਸੀ ਜੇ ਕਾਰਗੁਜ਼ਾਰੀ ਮਾੜੀ ਹੋਵੇਗੀ ਮੈਂ ਕੁਰਸੀ ਛੱਡ ਦੇਵਾਂਗਾ, ਹੁਣ ਤੋੜਾ ਜਿਹੜਾ ਸਾਰਿਆਂ ਵੱਲੋਂ ਝਾੜਿਆ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਬਿਆਨ ਕਰਕੇ ਸਾਡੀਆਂ ਵੋਟਾਂ ਘਟਣਗੀਆਂ, ਨਹੀਂ ਇਹਦੇ ਨਾਲ ਕਾਂਗਰਸ ਦੀ ਵੋਟ ਵੀ ਟੁੱਟੇਗੀ? ਨਹੀਂ, ਕਾਂਗਰਸ ਦੀ ਵੋਟ ਨਹੀਂ ਟੁੱਟਦੀ। ਇੱਕ ਬਹਾਨਾ ਬਣਾਇਆ ਕੈਪਟਨ ਨੇ ਆਪਣੀ ਗੈਰ ਜ਼ਿੰਮੇਵਾਰਾਨਾ ਸਰਕਾਰੀ ਕਾਰਗੁਜ਼ਾਰੀ ਕਰਕੇ ਉਹਨੇ ਸਿੱਧੂ ਦੇ ਬਿਆਨ ਨੂੰ ਬਹਾਨਾ ਬਣਾ ਲਿਆ। ਐਕਚੁਅਲ ਕਿਸੇ ਵੀ ਕਾਂਗਰਸੀ, ਮੈਂ ਐਮ ਐਲ ਏ ਦੀ ਵੀ ਗੱਲ ਕੀਤੀ, ਉਮੀਦਵਾਰ ਐਮ ਪੀ ਵੀ, ਕਿਸੇ ਵੀ ਉਮੀਦਵਾਰ ਕੋਲ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੱਸਣ ਜੋਗੀ ਹੈ ਹੀ ਨਹੀਂ ਸੀ ਜੀ ਪੰਜਾਬ ਵਿੱਚ। ਤੁਸੀਂ ਦੱਸੋ ਕਿਹੜੀ ਕਾਰਗੁਜ਼ਾਰੀ ਹੈ ਪੰਜਾਬ ਸਰਕਾਰ ਦੀ? ਕੋਈ ਵੀ ਵਾਅਦਾ ਵਫਾ ਨਹੀਂ ਹੋਇਆ। ਚਲੋ ਬੇਅਦਬੀ ਸਿਆਸੀ ਇਸ਼ੂ ਇਹਨਾਂ ਨੇ ਬਣਾ ਲਿਆ, ਮਜਬੂਰੀ ਹੈ ਬਾਕੀ। ਅੱਛਾ, ਹੋਰ ਦੇਖੋ, ਨਵਜੋਤ ਸਿੰਘ ਸਿੱਧੂ ਨੇ ਜਿਹੜਾ ਆਪਣੇ ਸਥਾਨਕ ਸਰਕਾਰਾਂ ਵਿਭਾਗ, ਤੁਸੀਂ ਕਿਉਂਕਿ ਕੋਈ ਇਲੈਕਟ੍ਰੋਨਿਕ ਮੀਡੀਆ 'ਤੇ ਬਹੁਤ ਕੰਮ ਕਰਦੇ ਹੋ ਅੱਜ ਕੱਲ੍ਹ, ਬੜੀ ਪੁਰਾਣੀ ਤੁਸੀਂ ਫੁਟੇਜ ਜਾਂ ਨਵੀਆਂ ਫੁਟੇਜ ਦਾ ਬਹੁਤ ਵੱਡਾ ਤੁਹਾਡੇ ਕੋਲ ਖਜ਼ਾਨਾ ਹੈ। ਇਸ ਦੌਰਾਨ ਜਿਹੜਾ ਕੇਬਲ ਨੈਟਵਰਕ ਹੈ ਜਿਸ ਦੇ ਬਾਰੇ ਜੋ ਜੈਨੂਅਨ ਬਣਦਾ, ਜਿਸ ਤਰ੍ਹਾਂ ਬਾਦਲ ਪਰਿਵਾਰ ਨੇ ਫਾਸਟ ਵੇ ਜਾਂ ਇੰਟਰਨੈਟ ਪਾਇਆ, ਉਹਨਾਂ ਨੇ ਸੜਕਾਂ ਪਟਵਾਈਆਂ, ਪੋਲ ਲਾਏ, ਉਹਦੀ ਇੱਕ ਫੀਸ ਅਦਾ ਕਰਨੀ ਹੁੰਦੀ ਹੈ। ਬਿਲਕੁਲ, ਉਹ ਸਥਾਨਕ ਸਰਕਾਰਾਂ ਸਿੱਧੂ ਦੇ ਅਧੀਨ ਆਉਂਦਾ ਮਹਿਕਮਾ, ਇਹਨੇ ਪੂਰਾ ਇੰਜੀਨੀਅਰਾਂ ਦੇ ਨਾਲ ਸਰਵੇ ਕਰਕੇ 742 ਕਰੋੜ ਰੁਪਈਆ ਫਾਸਟਵੇ ਨੈਟਵਰਕ ਦੇ ਖਿਲਾਫ ਕੱਢਿਆ ਸੀ ਕਿ ਇਹ ਪਲੈਂਟੀ ਜੁਰਮਾਨੇ ਜਾਂ ਇਹ ਰੈਵਨਿਊ ਦਾ ਖਰਚਾ ਇਹਨਾਂ ਤੋਂ ਲੈਣਾ ਬਣਦਾ, ਕਿਉਂਕਿ ਇਹ ਪੰਜਾਬ ਦੀਆਂ ਸੜਕਾਂ ਨੂੰ ਜਿਹੜੇ ਪੋਲ ਨੇ ਉਹਨਾਂ ਨੂੰ ਯੂਜ਼ ਕਰ ਰਹੇ ਨੇ। ਸੋ ਇਸ ਤਰ੍ਹਾਂ ਦੇ ਕਈ ਇਸ਼ੂ ਨੇ। ਉਹ 742 ਕਰੋੜ ਰੁਪਈਆ ਖਜ਼ਾਨਾ ਖਾਲੀ ਹੈ, ਉਹ ਕਿਸੇ ਕੰਮ ਲਾਓ, ਸਮਾਰਟਫੋਨ ਖਰੀਦੋ, ਕੁਛ ਵੀ ਕਰੋ। ਇਹ ਕਈ ਸਾਰੇ ਕਾਰਨ ਹੈ ਜਿਹੜੇ ਮੁੱਦੇ ਨਵਜੋਤ ਸਿੰਘ ਸਿੱਧੂ ਨੇ ਉਠਾਏ ਸੀ। ਈਵਨ ਤੁਸੀਂ ਪਾਰਲੀਮੈਂਟ 'ਚ ਵੇਖੋ ਕਿ ਸੁੱਖੀ ਰੰਧਾਵਾ ਜਿਹੜਾ ਅੱਜ ਕੱਲ੍ਹ ਕਾਫੀ ਦੁਖੀ ਹੈ ਸਿੱਧੂ ਦੇ ਬਿਆਨਾਂ ਤੋਂ, ਕੈਪਟਨ ਦੇ ਖਾਸਮ ਖਾਸ ਹੋਏ ਨੇ, ਸੁਖਜਿੰਦਰ ਸਿੰਘ ਰੰਧਾਵਾ ਨੇ ਵਿਧਾਨ ਸਭਾ 'ਚ ਕਿਹਾ ਸੀ ਜਦੋਂ ਰਿਪੋਰਟ ਰੱਖੀ ਗਈ ਸੀ ਜਸਟਿਸ ਰਣਜੀਤ ਸਿੰਘ ਦੀ ਕਿ ਕਪਤਾਨ ਸਾਹਿਬ ਜੇ ਅਸੀਂ ਇਹਦੇ 'ਤੇ ਕਾਰਵਾਈ ਕੀਤੀ ਹੁੰਦੀ ਤਾਂ ਆਹ ਦਿਨ ਨਾ ਦੇਖਣੇ ਪੈਂਦੇ ਜਿਵੇਂ ਵਿਰੋਧੀ ਸਾਨੂੰ ਤਾੜ ਰਹੇ ਨੇ। ਬਿਲਕੁਲ, ਅਤੇ ਉਹੀ ਗੱਲ ਹੁਣ ਸਿੱਧੂ ਨੇ ਆਖੀ ਹੈ ਅਤੇ ਹੁਣ ਉਹ ਸਿੱਧੂ ਮਾੜਾ ਹੋ ਗਿਆ ਸੁੱਖੀ ਰੰਧਾਵੇ। ਦੇਖੋ, ਜੇ ਤਾਂ ਵਿਧਾਨ ਸਭਾ ਇਚਲੇ ਬਿਆਨਾਂ ਦੀ ਗੱਲ ਕਰੀਏ, ਜਿਹੜਾ ਸਪੈਸ਼ਲ ਸੈਸ਼ਨ ਕੈਪਟਨ ਅਮਰਿੰਦਰ ਸਿੰਘ ਨੇ ਆਪ ਸੱਦਿਆ, ਉਹਦੇ ਵਿੱਚ ਸਿਰਫ ਸੁਖੀ ਰੰਧਾਵਾ ਹੀ ਨਹੀਂ ਜੀ, ਤ੍ਰਿਪਤ ਮਹਿੰਦਰ ਬਾਜਵਾ ਵੀ, ਤ੍ਰਿਪਤ ਰਜਿੰਦਰ ਬਾਜਵਾ ਵੀ ਸੇਮ ਗੱਲਾਂ ਕਹਿ ਰਿਹਾ ਜੋ ਗੱਲਾਂ ਬਠਿੰਡੇ ਵਿੱਚ ਸਿੱਧੂ ਨੇ ਕਹੀਆਂ ਨੇ। ਅੱਛਾ, ਤਕਨੀਕੀ ਪੱਖ ਤੁਸੀਂ ਕਾਫੀ, ਕਿਉਂਕਿ ਕਈ ਕੇਸ ਵੀ ਝੱਲੇ ਨੇ, ਜਾਣਦੇ ਹੋ ਕਾਨੂੰਨ ਦੇ ਹਿਸਾਬ ਨਾਲ ਵੀ, ਜਿਹੜਾ ਸਿੱਧੂ ਦਾ ਬਿਆਨ ਹੈ ਕਿ ਇਸ ਸਿੱਟ ਦੇ ਨਾਲੋਂ ਕੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਟੀਮ ਦੇ ਨਾਲੋਂ ਕਿ ਜਸਟਿਸ ਰਣਜੀਤ ਸਿੰਘ ਹੋਰੀ ਘੱਟ ਸੀਗੇ, ਸੰਵਿਧਾਨਕ ਤੌਰ 'ਤੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜ਼ਿਆਦਾ ਵੈਲਿਡ ਹੈ ਕਿ ਸਿੱਟ ਵੈਲਿਡ ਹੈ ਜਿਹਦਾ ਕਪਤਾਨ ਸਾਹਿਬ ਨੇ ਡਿਲੇ ਕੀਤਾ ਸਿੱਟ? ਐਕਚੁਅਲ ਬੜੀ ਸਪਸ਼ਟ ਗੱਲ ਹੈ ਜੀ, ਉਸ ਵੇਲੇ ਵੀ ਤੁਹਾਡੇ ਅਕਾਲ ਚੈਨਲ 'ਤੇ ਇੱਕ ਇਸ ਇਸ਼ੂ 'ਤੇ ਆਪਾਂ ਗੱਲ ਕੀਤੀ ਸੀ, ਇਹਦੇ 'ਤੇ ਐਕਸ਼ਨ ਟੇਕਿੰਗ ਰਿਪੋਰਟ ਲੈਂਦੇ ਹੈ ਨਾ। ਐਕਚੁਅਲ ਉਸ ਵੇਲੇ ਵੀ ਮੈਂ ਗੱਲ ਕਹੀ ਸੀ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਫਾਈਨਲ ਹੈ, ਉਹ ਸੰਵਿਧਾਨਕ ਹੈ, ਤੀਸਰੀ ਗੱਲ ਉਹ ਕਾਨੂੰਨੀ ਹੈ, ਉਸ 'ਤੇ ਸਿਰਫ ਅਤੇ ਸਿਰਫ ਇਹਨਾਂ ਨੂੰ ਐਕਸ਼ਨ ਟੇਕਿੰਗ ਰਿਪੋਰਟ ਵਿਧਾਨ ਸਭਾ 'ਚ ਪੇਸ਼ ਕਰਨੀ ਚਾਹੀਦੀ ਸੀ। ਉਮੀਦ ਇਹ ਕੀਤੀ ਜਾ ਰਹੀ ਸੀ ਉਸ ਵੇਲੇ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਪੇਸ਼ ਕਰਨ ਤੋਂ ਪਹਿਲਾਂ, ਵਿਧਾਨ ਸਭਾ ਸੈਸ਼ਨ ਆਰੰਭ ਹੋਣ ਤੋਂ ਪਹਿਲਾਂ, ਛੋਟਾ ਬਾਦਲ, ਵੱਡਾ ਬਾਦਲ, ਸੈਣੀ ਅਤੇ ਹੋਰ ਜਿਹੜੇ ਪੁਲਿਸ ਅਫਸਰ ਜ਼ਿੰਮੇਵਾਰ ਨੇ ਉਹ ਸਾਰੇ ਗ੍ਰਿਫਤਾਰ ਹੋ ਚੁੱਕੇ ਹੋਣਗੇ, ਔਰ ਹੋਣੇ ਵੀ ਚਾਹੀਦੇ ਸੀ ਉਸ ਰਿਪੋਰਟ ਦੇ ਆਧਾਰ 'ਤੇ, ਕਿਉਂਕਿ ਉਹ ਸੰਵਿਧਾਨਕ ਜਿਹੜੀ ਉਸ ਵੇਲੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਜੋ ਵਿਧਾਨ ਸਭਾ 'ਚ ਪੈਂਤੜਾ ਬਦਲਿਆ, ਉਸ ਨੇ ਬਾਦਲਾਂ ਨੂੰ ਆਕਸੀਜਨ ਦਿੱਤੀ, ਔਰ ਸਾਰੀ ਦੀ ਸਾਰੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਡਾਇਲੂਟ ਕਰਕੇ ਸਿਫਰ ਦੇ ਆਧਾਰ 'ਤੇ ਲੈ ਆਇਆ। ਸਿੱਟ ਬਣਾਉਣ ਦੀ ਲੋੜ ਨਹੀਂ ਸੀ ਜੀ,
ਨਾ ਹੀ ਕਿਸੇ ਅਫਸਰ ਨੂੰ ਨਿਯੁਕਤ ਕਰਨ ਦੀ ਲੋੜ ਸੀ, ਨਾ ਹੀ ਦੁਬਾਰਾ ਬਿਆਨੇ ਪੈਣ ਦੀ ਲੋੜ ਸੀ ਸੰਵਿਧਾਨਕ ਤੌਰ 'ਤੇ। ਇਹ ਸਾਰੀਆਂ ਚੀਜ਼ਾਂ ਗ੍ਰਿਫਤਾਰੀ ਤੋਂ ਬਾਅਦ ਚਾਰਜਸ਼ੀਟ ਤਿਆਰ ਕਰਨ ਵਾਸਤੇ ਲੋੜ ਪੈਂਦੀਆਂ ਨੇ। ਉਸ ਵਾਸਤੇ ਪੁਲਿਸ ਹਮਲਾ ਬੜਾ ਗੰਭੀਰ ਹੈਗਾ, ਵਾਜਬ ਤਾਕਤ ਰੱਖਦਾ। ਔਰ ਜੇ ਸੱਤਾਧਾਰੀ ਧਿਰ ਦੀ ਔਰ ਖਾਸ ਤੌਰ 'ਤੇ CM ਦੀ ਆਪਣੀ ਇੱਛਾ ਹੋਏ ਤਾਂ ਪੁਲਿਸ ਉਸ ਮੁਤਾਬਕ ਸਾਰੀ ਕਾਰਗੁਜ਼ਾਰੀ ਕਰ ਦਿਖਾਉਂਦੀ ਹੈ। ਐਸਾ ਨਹੀਂ ਹੈ ਕਿ ਨਹੀਂ ਹੁੰਦਾ। ਅਤੇ ਇਹ ਉਸ ਵੇਲੇ ਵੀ ਕੈਪਟਨ ਨੇ ਬਾਦਲਾਂ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ। ਅਸਲ ਗੱਲ ਆਈ ਹੈ ਜੀ, ਸਿੱਧੂ ਜੋ ਹੁਣ ਗੱਲ ਕਰ ਰਿਹਾ, ਉਸ ਵੇਲੇ ਵਿਧਾਨ ਸਭਾ ਵਿੱਚ ਸੁਖੀ ਰੰਧਾਵਾ ਨੇ ਵੀ ਕਹੀ, ਤ੍ਰਿਪਤ ਨੇ ਵੀ ਕਹੀ, ਬਾਜਵਾ ਨੇ ਵੀ ਕਹੀ, ਬਾਕੀ ਇਹਨਾਂ ਦੇ ਜਿਹੜੇ MLA ਬੋਲੇ ਛੋਟੇ ਉਹਨਾਂ ਨੇ ਵੀ ਕਹੀ, ਆਪ ਦੇ MLA ਨੇ ਵੀ ਕਹੀ, ਗਿੱਲ ਨੇ ਵੀ ਕਹੀ ਸੀ ਉਸ ਵੇਲੇ, ਜਿਹੜਾ ਸਾਰਾ ਚਿੱਠਾ ਲੈ ਕੇ ਆਇਆ ਸੀ ਬਾਦਲਾਂ ਦਾ ਔਰ SGPC ਦਾ ਵੀ, ਹਰਮਿੰਦਰ ਸਿੰਘ ਗਿੱਲ ਪੱਟੀ ਵਾਲਾ, ਉਹਨੇ ਵੀ ਗੱਲ ਕਹੀ ਸੀ। ਜੇ ਉਸ ਵੇਲੇ ਦੀ ਕਾਰਗੁਜ਼ਾਰੀ ਦੇ ਹਿਸਾਬ ਨਾਲ ਦੇਖਿਆ ਜਾਏ ਤਾਂ ਅੱਜ ਪਬਲੀਕਲੀ ਸੇਮ ਗੱਲਾਂ, ਉਹ ਵੀ ਪਬਲੀਕਲੀ ਕਹੀਆਂ ਗਈਆਂ ਸੀ ਵਿਧਾਨ ਸਭਾ ਦੇ ਫਲੋਰ ਤੇ, ਰਿਕਾਰਡ ਸੀ, ਆਨ ਰਿਕਾਰਡ ਸੀ, ਇਹ ਪਬਲੀਕਲੀ ਪੋਲੀਟੀਕਲ ਰਿਕਾਰਡ ਦੇ ਤੌਰ 'ਤੇ ਸਿੱਧੂ ਨੇ ਹੁਣ ਕਹੀਆਂ ਨੇ। ਅਤੇ ਇਸ ਵਾਸਤੇ ਮੈਂ ਤਾਂ ਹੀ ਵਾਰ ਵਾਰ ਤੁਹਾਨੂੰ ਕਹਿ ਰਿਹਾ ਕਿ ਸਿੱਧੂ ਜੇ ਆਪਣੀ ਇਸ ਗੱਲ 'ਤੇ ਟਿਕਿਆ ਰਿਹਾ ਅਤੇ ਉਹ ਪੰਜਾਬ ਦੇ ਆਵਾਮ ਦਾ ਹੋ ਸਕਦਾ ਆਉਣ ਵਾਲਾ ਲੀਡਰ ਹੋਵੇ, ਐਸੀ 'ਚ ਮੈਨੂੰ ਕੋਈ ਅਤਿਸ਼ੋਕਤੀ ਨਹੀਂ ਲੱਗਦੀ। ਅੱਛਾ, ਜਿਸ ਤਰ੍ਹਾਂ ਹੁਣ ਕੈਪਟਨ ਖੇਮੇ ਦੇ ਸਾਧੂ ਸਿੰਘ ਧਰਮਸੋਤ ਹੈ ਜਾਂ ਹੋਰ ਹੈ, ਇਹ ਹੁਣ ਚਾਹ ਨਾਲੋਂ ਕੇਤਲੀਆਂ ਬੜੀਆਂ ਗਰਮ ਹੋ ਜਾਂਦੀਆਂ ਅਕਸਰ ਹੁੰਦਾ ਇਹ ਚੀਜ਼ਾਂ। ਇਹ ਹੁਣ ਲੁਧਿਆਣੇ ਵਾਲਾ ਉਹ ਆਸ਼ੂ ਹੈ, ਹੈ ਨਾ, ਭਾਰਤ ਭੂਸ਼ਣ, ਸੋ ਇਹ ਜਿਹੜੇ ਸਾਰੇ ਕੈਪਟਨ ਖੇਮੇ ਦੇ ਨੇ, ਇਹ ਹੁਣ ਸਿੱਧੂ ਤੋਂ ਅਸਤੀਫਾ ਮੰਗੀ ਜਾਂਦੇ ਨੇ। ਕੀ ਲੱਗਦਾ ਕਿ 23 ਤਰੀਕ ਨੂੰ ਰਿਜ਼ਲਟ ਆਉਣ ਤੋਂ ਬਾਅਦ ਜੇ ਕਾਂਗਰਸ ਦੀ ਕਾਰਗੁਜ਼ਾਰੀ ਵੱਧਦੀ ਘੱਟਦੀ ਹੈ, ਕੀ ਸਿੱਧੂ ਤਾਂ ਸਿੱਧੂ ਦੇ ਉੱਤੇ ਅਸਰ ਪਏਗਾ ਜਾਂ ਸਿੱਧੂ ਦਾ ਵਜ਼ਾਰਤ 'ਚੋਂ ਲਾਂਭੇ ਹੋਣਾ ਤੈਅ ਹੈ ਜੀ? ਦੇਖੋ, ਹੁਣ ਚਾਹੇ ਜਿੰਨੇ ਮਰਜ਼ੀ ਰੌਲਾ ਪਾਈ ਜਾਣ, ਪਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਅਸਲ ਖੇਮੇ ਨਾਲ ਜੁੜੇ ਹੋਏ ਲੋਕ ਸੀ, ਜੇ ਤੁਸੀਂ ਅੱਜ ਦੇਖੋ ਉਹ ਸਾਰੇ ਚੁੱਪ ਜੇ, ਤੇ ਜਿਹੜੇ ਕੱਲ ਤੱਕ ਤੁਹਾਨੂੰ ਉਹੀ ਗੱਲ ਕਹਿ ਰਿਹਾ, ਤੇ ਜਿਹੜੇ ਕੱਲ ਤੱਕ ਕੈਪਟਨ ਦੇ ਖੇਮੇ 'ਚ ਨਹੀਂ ਸੀ, ਉਹ ਅੱਜ ਕੈਪਟਨ ਦੇ ਖੇਮੇ 'ਚ ਆਪਣੇ ਆਪ ਨੂੰ ਸ਼ੋਅ ਕਰਕੇ ਵੱਧ ਚੜ ਕੇ ਬੋਲਦੇ ਪਏ ਨੇ। ਹਾਈ, ਮੈਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਜੋ ਸਿਚੁਏਸ਼ਨ ਪੰਜਾਬ ਦੀ ਬਣ ਚੁੱਕੀ ਹੈ, ਸਿੱਧੂ ਦੇ ਖਿਲਾਫ ਹਾਈਕਮਾਂਡ ਕੋਈ ਐਕਸ਼ਨ ਨਹੀਂ ਲਏਗੀ। ਸੈਂਟਰ 'ਚ ਸੋਹਣੀ ਬਣਦੀ ਹੈ ਪ੍ਰਿਯੰਕਾ ਜਾਂ ਉਹਨਾਂ ਦੇ ਨਾਲੇ ਦੀ ਰਾਹੁਲ, ਕਿਉਂਕਿ ਸਿੱਧੂ ਨੇ ਪੰਜਾਬ ਦੇ ਆਵਾਮ ਦੀ ਗੱਲ ਕੀਤੀ ਹੈ। ਇਸ ਦੇ ਨਾਲ ਸਿੱਧੂ ਦੇ ਨਾਲ ਜਿਹੜਾ ਕੈਪਟਨ ਅਮਰਿੰਦਰ ਸਿੰਘ ਕਰਕੇ ਵਿਦ ਇਨ ਕਾਂਗਰਸ ਵੀ ਦੱਬਿਆ ਕੁਚਲਿਆ ਲੀਡਰਸ਼ਿਪ ਹੈਗੀ ਹੈ। ਦੇਖੋ, ਦੱਬੀ ਕੁਚਲੀ ਲੀਡਰਸ਼ਿਪ ਹੁਣ ਕਾਂਗਰਸ ਦੀ ਕਿਹੜੀ ਹੈਗੀ ਹੈ? ਭੱਠਲ ਵਰਗੀ ਵੀ ਦੱਬੀ ਕੁਚਲੀ ਸਰਜੀਤ ਸਿੰਘ ਧਮਾਨ, ਮਤਲਬ ਜਿਹੜੇ ਸਿਰਮੋਰ ਲੀਡਰ ਸੀ ਉਹ ਵੀ ਦੱਬੇ ਕੁਚਲੇ। ਕਿਵੇਂ? ਉਹਨੇ ਦੱਸਿਆ ਸੀ ਕਿ 17 ਐਡਵਾਈਜ਼ਰ ਨੇ CM ਸਾਹਿਬ ਦੇ, 17 ਗੇਟ ਲੰਘ ਕੇ ਜਾਣਾ ਪੈਂਦਾ, ਫਿਰ ਵੀ ਧਮਾਨ ਹੋਰਾਂ ਨੂੰ ਪਿੱਛੇ ਧਕੇਲਤਾ ਕਿ ਜਾਓ, ਸਮਾਂ ਨਹੀਂ ਹੈਗਾ। ਮੈਂ ਤੁਹਾਨੂੰ ਉਹੀ ਦੱਸ ਰਿਹਾ ਨਾ, ਉਹ ਸਾਰੇ ਇਸ ਵੇਲੇ ਸਿੱਧੂ ਦੇ ਨਾਲ ਨੇ, ਅਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਕਰਕੇ ਸਿੱਧੂ 'ਤੇ ਗਾਜ ਨਹੀਂ ਜੇ ਡਿੱਗਣੀ। ਇਹਨਾਂ ਇਲੈਕਸ਼ਨਾਂ ਵਿੱਚ ਸੈਂਟਰ ਨੂੰ ਵੀ ਪਤਾ, ਕਾਂਗਰਸ ਦੀ ਸਾਰੀ ਸਿਰਮੋਰ ਲੀਡਰਸ਼ਿਪ ਨੂੰ ਵੀ ਪਤਾ ਕਿ ਪੰਜਾਬ ਵਿੱਚ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਕਰਕੇ ਕਾਂਗਰਸ ਨੂੰ ਸੀਟਾਂ ਨਹੀਂ ਮਿਲਣੀਆਂ। ਅਕਾਲੀ ਦਲ ਦੀ ਗੈਰ ਜ਼ਿੰਮੇਵਾਰਾਨਾ ਅਤੇ ਸਿੱਖ ਵਿਰੋਧੀ ਕਾਰਵਾਈਆਂ ਕਰਕੇ ਨੈਗੇਟਿਵ ਵੋਟ ਦੇ ਤੌਰ 'ਤੇ ਕਾਂਗਰਸ ਨੂੰ ਸੀਟਾਂ ਮਿਲਣੀਆਂ ਨੇ, ਇਹ ਸਾਰਿਆਂ ਨੂੰ ਪਤਾ। ਅਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਵਿੱਚ ਕੋਈ ਵੱਡੀ ਉਥਲ ਪੁਥਲ ਹੋਏ। ਅੱਛਾ, ਇੱਕ ਹੋਰ ਜਿਹੜਾ ਇਸ ਦਾ ਪ੍ਰਭਾਵ ਤੁਸੀਂ ਵੇਖਦੇ ਹੋ, ਇਹ ਜਿਹੜਾ ਸਾਰਾ ਵਰਤਾਰਾ ਵਾਪਰ ਰਿਹਾ ਇਸ ਦੌਰਾਨ, ਜੇ ਵੇਖਿਆ ਜਾਵੇ ਜਦੋਂ ਦੀ ਜੋਰਾ ਸਿੰਘ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਰਿਪੋਰਟ ਸਦਨ 'ਚ ਰੱਖੀ ਗਈ ਹੈ, ਉਸ ਤੋਂ ਬਾਅਦ ਕੀ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਸਟਰੋਂਗ ਕਰ ਸਕਿਆ, ਡੈਮੇਜ ਕੰਟਰੋਲ ਕਰ ਸਕਿਆ, ਜਾਂ ਜਿਸ ਤਰ੍ਹਾਂ ਹੁਣ ਆਪਾਂ ਕਹਿ ਰਹੇ ਹਾਂ ਕਿ 2 ਸੀਟਾਂ ਸ਼ਾਇਦ ਅਕਾਲੀ ਦਲ ਲੈ ਜੇ ਫਿਰੋਜ਼ਪੁਰ ਅਤੇ ਬਠਿੰਡਾ, ਅਕਾਲੀ ਦਲ ਨੂੰ ਆਕਸੀਜਨ ਕਿੰਨੀ ਕੁ ਦਿੱਤੀ ਹੈ ਕੈਪਟਨ ਸਾਹਿਬ ਨੇ, ਜਾਂ ਇਹਨਾਂ ਸੀਟਾਂ 'ਤੇ ਕੀ ਲੱਗਦਾ ਬਠਿੰਡਾ ਅਤੇ ਫਿਰੋਜ਼ਪੁਰ ਕੀ ਅਸਰ ਰਹੇਗਾ? 2 ਸਾਲ ਦੇਖੋ, ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਵੇਲੇ ਹੀ ਮੈਂ ਉਦੋਂ ਤੋਂ ਹੀ ਕਹੀ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੋ ਕਾਲ ਡਖੋਤੀ ਪੰਥਕ ਧਿਰਾਂ ਨੇ ਅਕਾਲੀ ਦਲ ਨੂੰ ਆਕਸੀਜਨ ਦਿੱਤੀ ਹੈ।
ਅਕਾਲੀ ਦਲ ਮਨ ਚ ਫੇਲ ਹੋਇਆ ਤੇ ਬਿਲਕੁਲ ਹੋ ਗਏ। ਅਕਾਲੀ ਦਲ ਟੋਟਲੀ ਖਤਮ ਹੋ ਚੁੱਕਾ ਸੀ ਸਿੱਖ ਮਾਸੇ ਵਿੱਚ ਵੀ, ਪੰਜਾਬ ਦੇ ਹਿੰਦੂਆਂ ਵਿੱਚ ਵੀ। ਜੇ ਪੋਲਰਾਈਜੇਸ਼ਨ ਵੋਟ ਦੀ ਦੇਖੀਏ, ਅਕਾਲੀ ਦਲ ਤੋਂ ਬੇਦ ਵੀ, ਕਿਉਂਕਿ ਸਾਰੇ ਗ੍ਰੰਥਾਂ ਦੀ ਕਰਵਾਈ ਉਹਨਾਂ ਨੇ, ਹਿੰਦੂਆਂ ਦੇ ਗ੍ਰੰਥਾਂ ਦੀ ਵੀ ਕਰਾਈ, ਈਸਾਈਆਂ ਦੀ ਵੀ ਕਰਾਈ, ਇਸਲਾਮ ਦੇ ਗ੍ਰੰਥਾਂ ਦੀ ਵੀ ਕਰਾਈ ਅਤੇ ਸਿੱਖਾਂ ਦੀ ਸਭ ਤੋਂ ਵੱਧ ਕਰਾਈ, ਅਤੇ ਸਾਰੇ ਫਿਰਕੇ ਅਕਾਲੀ ਦਲ ਤੋਂ ਟੁੱਟ ਚੁੱਕੇ ਸਨ। ਇਹਨਾਂ ਸਾਰਿਆਂ ਦੀ ਟੁੱਟ ਭੱਜ ਵਿੱਚ ਸਭ ਤੋਂ ਮੁੱਖ ਅਕਾਲੀ ਦਲ ਨੂੰ ਜੀਵਤ ਕਰਨ ਵਾਲਾ ਵਿਅਕਤੀ ਕੈਪਟਨ ਅਮਰਿੰਦਰ ਸਿੰਘ ਹੈ। ਉਸ ਤੋਂ ਬਾਅਦ ਅਖੋਤੀ ਪੰਥਕ ਧਿਰਾਂ ਜੋ ਇਸ ਕੈਪਟਨ ਅਮਰਿੰਦਰ ਸਿੰਘ ਨਾਲ ਹੀ ਮਿਲ ਕੇ ਉਹਨਾਂ ਨੇ ਇਸ ਪਿਓ ਪੁੱਤ ਨੂੰ ਬਰਗਾੜੀ ਮੋਰਚਾ ਮਤਲਬ ਫੇਲ ਹੋ ਗਿਆ, ਜਿਹਨਾਂ ਕੋਲ ਆਪ ਵੀ ਮੰਨਦੇ ਨੇ। ਬਰਗਾੜੀ ਮੋਰਚਾ ਫੇਲ ਹੋਇਆ ਨਹੀਂ ਜੀ, ਉਹਨਾਂ ਨੇ ਆਪ ਫੇਲ ਕੀਤਾ। ਪੰਥ ਨਹੀਂ ਸੀ ਚਾਹੁੰਦਾ ਮੋਰਚਾ ਫੇਲ ਹੋਏ, ਪੰਥ ਨੇ ਆਪਣੀ ਸਿਰ ਧੜ ਦੀ ਬਾਜ਼ੀ ਲਾ ਦਿੱਤੀ। ਪਰ ਜਿਹੜੀ ਲੀਡਰਸ਼ਿਪ ਸੀ, ਤੁਸੀਂ ਦੇਖੋ ਇਹਨਾਂ ਸਾਰੇ, ਮੈਂ ਤਾਂ ਪੰਥ ਸਰਬੱਤ ਖਾਲਸਾ 5 ਲੱਖ ਲੋਕਾਂ ਦਾ ਇਕੱਠ ਫੇਲ ਹੋ ਗਿਆ, ਠੁੱਸ ਹੋ ਗਿਆ ਇਹਨਾਂ ਕਰਕੇ, ਇਹਨਾਂ ਕਰਕੇ ਹੀ ਹੋਇਆ। ਦੇਖੋ ਮੈਂ ਤਾਂ ਇੱਕ ਮੋਟੀ ਜਿਹੀ ਗੱਲ ਕਹਿੰਦਾ, ਆਪ ਜੀ ਦੇ ਚੈਨਲ ਰਾਹੀਂ ਮੈਂ ਸਿੱਖ ਕੌਮ ਨੂੰ ਵੀ ਕਹਿਣਾ ਚਾਹੁੰਦਾ, ਜਿਨ੍ਹਾਂ ਨੂੰ ਇਹ ਕਹਿੰਦੇ ਨੇ ਨਾ ਜੀ ਮੁਤਵਾਜੀ ਜਥੇਦਾਰ, ਇਹਨਾਂ ਨੇ ਸਰਬੱਤ ਖਾਲਸਾ ਤੋਂ ਲੈ ਕੇ ਬਰਗਾੜੀ ਮੋਰਚੇ ਤੱਕ ਆਪਣੇ ਆਪ ਨੂੰ ਇਹ ਸਿੱਧ ਕਰ ਦਿੱਤਾ ਕਿ ਉਹ ਮੁਤਵਾਜੀ ਜਥੇਦਾਰ ਨੇ, ਮੁਤਵਾਜੀ ਨੇ, ਮੁਤਵਾਜੀ ਨਹੀਂ ਨੇ। ਅਤੇ ਹੁਣ ਇਹਨਾਂ ਨੂੰ ਮੁਤਵਾਜੀ ਕਹਿਣਾ ਬੰਦ ਕਰ ਦੇਣਾ ਚਾਹੀਦਾ, ਇਹ ਮੁਤਵਾਜੀ ਜਥੇਦਾਰ ਨੇ। ਇਹ ਵੀ ਜਿਵੇਂ ਬਾਦਲ ਦੀ ਜੇਬ ਵਿੱਚੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਿਕਲਦੇ ਨੇ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਨਿਕਲਦਾ, ਉਵੇਂ ਹੀ ਸਿਮਰਨਜੀਤ ਸਿੰਘ ਮਾਨ ਓਨਾ ਹੀ ਪੀਡਾ ਬਣ ਗਿਆ, ਓਨਾ ਹੀ ਮੀਸਲਾ ਬਣ ਗਿਆ ਬਾਦਲ ਵਾਲਾ। ਇੱਕ ਗੱਲ ਹੋਰ ਇੱਥੇ ਉਹਦੀ ਜੇਬ ਵਿੱਚੋਂ ਮੁਤਾਜੀ ਨਿਕਲਦੀ ਹੈ। ਜਿਹੜਾ ਐਚ ਐਸ ਫੂਲਕਾ ਹੋਰਾਂ ਦਾ ਬਿਆਨ ਆਇਆ ਕਿ ਕੈਪਟਨ ਸਾਹਿਬ ਤੋਂ ਐਸ ਜੀ ਪੀ ਸੀ ਦੀ ਚੋਣ ਅਸੀਂ ਮੰਗ ਕਰੀਏ, ਕੀ ਇਹਦਾ ਕਿੰਨਾ ਕੁ ਅਸਰ ਰਹੇਗਾ, ਆਕਸੀਜਨ ਮਿਲੇਗੀ? ਬਿਲਕੁਲ ਨਹੀਂ ਜੀ, ਫੂਲਕਾ ਸਾਹਿਬ ਬਿਲਕੁਲ ਇੰਨੇ ਵੱਡੇ ਵਕੀਲ ਹੋਣ ਦੇ ਬਾਵਜੂਦ ਮੈਂ ਸੋਚ ਰਿਹਾ ਕਿ ਸਿੱਖ ਕੌਮ ਨੂੰ ਗਲਤ ਇਨਫੋਰਮੇਸ਼ਨ ਪੇਸ਼ ਕਰ ਰਹੇ ਨੇ। ਮਤਲਬ ਕੈਪਟਨ ਨੂੰ ਥੋੜ੍ਹਾ ਜਿਹਾ ਹੀਰੋ ਬਣਾਇਆ ਜਾ ਰਿਹਾ ਕਿ ਐਸ ਜੀ ਪੀ ਸੀ ਇਲੈਕਸ਼ਨ ਕਰਾਓ। ਨਹੀਂ, ਕੈਪਟਨ ਐਸ ਜੀ ਪੀ ਸੀ ਦੀਆਂ ਇਲੈਕਸ਼ਨਾਂ ਕਰਾਈ ਨਹੀਂ ਸਕਦਾ ਜੀ ਐਜ਼ ਪਰ ਐਕਟ। ਪੰਜਾਬ ਸਰਕਾਰ ਦੇ ਹਿੱਸੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗੁਰਦੁਆਰਾ ਐਕਟ ਹੈਗਾ, ਉਸ ਦੇ ਮੁਤਾਬਕ ਪੰਜਾਬ ਸਰਕਾਰ ਦੇ ਹਿੱਸੇ ਕੁਛ ਵੀ ਨਹੀਂ ਜੇ ਹੈਗਾ। ਅਸਲੀ ਪੈਟਰਨ ਕੀ ਹੈ, ਕਿ ਅਦਾਲਤ ਨਹੀਂ, ਸੁਪਰੀਮ ਕੋਰਟ ਨਹੀਂ ਹੈਗੀ? ਨਹੀਂ, ਬਿਲਕੁਲ ਨਹੀਂ ਹੈਗੀ ਜੀ। ਅਸਲੀ ਪੈਟਰਨ ਹੈ ਜੇ ਕਿ ਜਿਹੜਾ ਗੁਰਦੁਆਰਾ ਬੋਰਡ ਹੈਗਾ, ਉਹ ਹੋਮ ਮਿਨਿਸਟਰ ਦੇ ਇੱਕ ਅੰਡਰ ਸੈਕਟਰੀ ਦੇ ਅੰਡਰ ਆਉਂਦਾ ਕੰਸਟੀਟਿਊਸ਼ਨਲ ਤੌਰ 'ਤੇ, ਅਤੇ ਭਾਰਤ ਸਰਕਾਰ ਦਾ ਹੋਮ ਮਿਨਿਸਟਰ ਇਸ 'ਤੇ ਜਦੋਂ ਫੈਸਲਾ ਕਰੇਗਾ ਕਿ ਇਲੈਕਸ਼ਨਾਂ ਹੋਣੀਆਂ ਨੇ, ਉਦੋਂ ਗੁਰਦੁਆਰਾ ਬੋਰਡ ਵਿੱਚ ਇਲੈਕਸ਼ਨ ਕਮਿਸ਼ਨਰ ਦੀ ਤਜਵੀਜ਼ ਭੇਜਦਾ। ਹੋਮ ਮਿਨਿਸਟਰ ਦੀ ਚੇਅਰ ਨੂੰ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਕਿਸੇ ਤਰ੍ਹਾਂ ਕਿ ਉਹ ਡਿਲੇਅ ਕਰ ਰਿਹਾ ਜੋਬ ਤੋਂ ਸੁਪਰੀਮ ਕੋਰਟ, ਕਿਉਂਕਿ ਸਰਕਾਰ ਦੇ ਖਿਲਾਫ਼ ਵੀ ਸੁਪਰੀਮ ਕੋਰਟ? ਚੁਣੌਤੀ ਕੌਣ ਦੇਗਾ? ਚੁਣੌਤੀ ਫੂਲਕਾ ਸਾਹਿਬ ਦੇਣ, ਉੱਥੇ ਕੈਪਟਨ ਨੂੰ ਕਹਿਣ ਦੀ ਕੀ ਲੋੜ ਆ, ਉਹ ਸੁਪਰੀਮ ਕੋਰਟ ਜਾਣ? ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਨਾ ਕਿ ਫੂਲਕਾ ਸਾਹਿਬ ਮਿਸਗਾਈਡ ਕਰ ਰਹੇ ਨੇ। ਐਸ ਜੀ ਪੀ ਸੀ ਦੀਆਂ ਇਲੈਕਸ਼ਨਾਂ ਆਪਣਾ ਸਮਾਂ ਵਿਹਾ ਚੁੱਕੀਆਂ ਨੇ, ਲੇਟ ਹੋ ਰਹੀਆਂ ਨੇ। ਕੰਸਟੀਟਿਊਸ਼ਨਲ ਤੌਰ 'ਤੇ ਅਸੀਂ ਕੋਈ ਬੰਦਿਸ਼ ਨਹੀਂ ਹੈਗੀ ਕਿ ਸਮੇਂ ਸਿਰ ਐਸ ਜੀ ਪੀ ਸੀ ਦੀਆਂ ਇਲੈਕਸ਼ਨਾਂ ਹੋਣ। ਇੱਕ ਪਾਸੇ ਸਿੱਖਾਂ ਨੂੰ ਕਹਿੰਦੇ ਨੇ ਕਿ ਇਹ ਸਿੱਖਾਂ ਦੀ ਪਾਰਲੀਮੈਂਟ ਹੈ, ਅਤੇ ਇਹ ਕਹੀ ਪਾਰਲੀਮੈਂਟ ਹੈ ਜਿਸ ਪਾਰਲੀਮੈਂਟ ਦੀ ਸਾਰੀ ਪ੍ਰਭੂ ਸੱਤਾ ਉਹ ਅੰਮ੍ਰਿਤਸਰ ਦੇ ਡੀ ਸੀ ਦੇ ਅੰਡਰ ਹੈਗੀ ਹੈ, ਅਤੇ ਅੰਮ੍ਰਿਤਸਰ ਦਾ ਡੀ ਸੀ ਭਾਰਤ ਸਰਕਾਰ ਦੇ ਇੱਕ ਅੰਡਰ ਸੈਕਟਰੀ ਦੇ ਅੰਡਰ ਹੈਗਾ ਇਸ ਮਾਮਲੇ 'ਚ, ਅਤੇ ਇਹ ਦੋਨੋਂ ਚੀਜ਼ਾਂ ਚੈਲੇਂਜੇਬਲ ਨੇ। ਜੇ ਸਿੱਖਾਂ ਨੂੰ ਇਹ ਕਿਹਾ ਜਾਂਦਾ ਕਿ ਬਈ ਇਹ ਤੁਹਾਡੀ ਮਿੰਨੀ ਪਾਰਲੀਮੈਂਟ ਆ, ਅਤੇ ਪਹਿਲਾਂ ਇਸ ਦਾ ਰੁਤਬਾ ਤਾਂ ਮਿੰਨੀ ਪਾਰਲੀਮੈਂਟ ਵਾਲਾ ਬਣਵਾ ਲਓ। ਇਹ ਚੋਣ ਕਮਿਸ਼ਨ ਭਾਰਤ ਦੇ ਅੰਡਰ ਨਹੀਂ ਲਿਜਾਂਦਾ ਜਾ ਸਕਦਾ? ਇਸ ਦੇ ਵਿੱਚ ਕੋਈ ਤਰਮੀਮ ਕਰਕੇ ਇੱਕ ਅੰਡਰ ਸੈਕਟਰੀ ਦੇ ਅੰਡਰ ਹੀ ਕਿਉਂ ਰਹੇ ਜਾਂ ਇੱਕ ਡੀ ਸੀ ਦੇ ਅੰਡਰ ਹੀ ਕਿਉਂ ਰਹੇ ਇਹ ਚੀਜ਼ਾਂ? ਨਹੀਂ, ਇਹ ਦੇਖੋ ਜੀ, ਪਹਿਲੀ ਗੱਲ ਤਾਂ ਇਲੈਕਸ਼ਨ ਕਮਿਸ਼ਨਰ ਦੇ ਅੰਡਰ ਆ ਨਹੀਂ ਸਕਦਾ, ਕਿਉਂਕਿ ਭਾਰਤ ਦੇ ਸੰਵਿਧਾਨ ਵਿੱਚ ਕਲੀਅਰ ਕੱਟ ਲਿਖਿਆ ਹੋਇਆ ਕਿ ਇਲੈਕਸ਼ਨ ਕਮਿਸ਼ਨਰ ਸਿਰਫ ਪੋਲੀਟੀਕਲ ਇਲੈਕਸ਼ਨਸ ਕਰਵਾਏਗਾ, ਉਸਦਾ ਕਿਸੇ ਵੀ ਧਾਰਮਿਕ ਇਲੈਕਸ਼ਨ ਨਾਲ ਕੋਈ ਸੰਬੰਧ ਨਹੀਂ ਹੋਏਗਾ। ਓਕੇ, ਸਭ ਤੋਂ ਕਲੀਅਰ ਗੱਲ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਜਿਹੜਾ ਢਾਂਚਾਗਤ ਇੱਕ ਐਗਜ਼ਾਮਪਲ ਮਿਲਦਾ, ਉਹ ਮੁਸਲਿਮ ਲਾ ਬੋਰਡ ਅਤੇ ਵਕਫ ਬੋਰਡ ਹੈਗਾ। ਘੱਟੋ ਘੱਟ ਇਹ ਉਸ ਲੈਵਲ ਤੱਕ ਤਾਂ ਆਪਣੀ ਪ੍ਰਭੂ ਸੱਤਾ ਸਥਾਪਿਤ ਕਰਾ ਲੈਣ। ਮੁਸਲਿਮ ਲਾ ਬੋਰਡ ਔਰ ਮੁਸਲਿਮ ਵਕਫ ਬੋਰਡ ਤੋਂ ਵੀ
ਹੇਠਲੇ ਪੱਧਰ ਤੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਆਪਣੇ ਤੌਰ ਤੇ ਸਵਾਇਤ ਸੱਤਾ ਰੱਖਦੇ ਨੇ ਹਾਂ ਵਕਫ ਬੋਰਡ ਦੀ ਐਸੀ ਠੀਕ ਆ ਨਾ ਜੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਸਵਾਇਤ ਸੱਤਾ ਨਹੀਂ ਹੈਗੀ ਸੁਤੰਤਰ ਸੱਤਾ ਦੀ ਆਪਣੀ ਹੋਂਦ ਬਿਲਕੁਲ ਨਹੀਂ ਜਾਏਗੀ ਇਹ ਸਿੱਖਾਂ ਨੂੰ ਮੂਰਖ ਬਣਵਾਇਆ ਜਾ ਰਿਹਾ ਅਕਾਲੀ ਦਲ ਵੱਲੋਂ ਵੀ ਸ਼ੁਰੂ ਤੋਂ ਤੇ ਹੁਣ ਬਾਕੀ ਲੀਡਰਾਂ ਵੱਲੋਂ ਵੀ ਜੀ ਤੇ ਕੈਪਟਨ ਨੂੰ ਤਾਂ ਬਦੋ ਬਦੀ ਹੀਰੋ ਬਣਾਇਆ ਜਾ ਰਿਹਾ ਜੇ ਕੈਪਟਨ ਭਾਰਤ ਸਰਕਾਰ ਨੂੰ ਕਹਿ ਵੀ ਦੇ ਆਪਣੀ ਰੁਤਬੇ ਨੂੰ ਵਧਾਉਣ ਵਾਸਤੇ ਜਾਂ ਆਪਣੇ ਆਪ ਨੂੰ ਸਿੱਖ ਮਾਸਾ ਜੀ 'ਚ ਸਿੱਧੂ ਦੇ ਬਰਾਬਰ ਪੈਂਠ ਕਰਵਾਉਣ ਵਾਸਤੇ ਜੇ ਕੈਪਟਨ ਇੱਕ ਮਤਾ ਲਿਖ ਕੇ ਭੇਜ ਵੀ ਦੇ ਜਾਂ ਚਿੱਠੀ ਵੀ ਪਾ ਦੇ ਕਿ ਜੀ SGPC ਦੀਆਂ ਇਲੈਕਸ਼ਨਾਂ ਹੋਣੀਆਂ ਚਾਹੀਦੀਆਂ ਨੇ ਤੇ ਉਸ ਚਿੱਠੀ ਦੀ ਕਨਸਟੀਟਿਊਸ਼ਨਲ ਕਾਨੂੰਨੀ ਮਾਤਾ ਸਿਫਰ ਹੈ ਮਤਲਬ ਸੁਰਖੀਆਂ 'ਚ ਕੈਪਟਨ ਸਾਹਿਬ ਨੂੰ ਹੀਰੋ ਬਣਾਇਆ ਜਾ ਰਿਹਾ ਫੂਲਕਾ ਹਾਂ ਪਰ ਉਹਦੀ ਵੈਲਿਊ ਸਿਫਰ ਹੈ ਵੈਲਿਊ ਸਿਫਰ ਹੈ ਚੰਗਾ ਹੋਏ ਫੂਲਕਾ ਸਾਹਿਬ ਸੁਪਰੀਮ ਕੋਰਟ ਦੇ ਵਕੀਲ ਨੇ ਉੱਥੇ ਜਾ ਕੇ ਹੋਮ ਮਿਨਿਸਟਰ ਦੇ ਜਿਹੜੇ ਅੰਡਰ ਸੈਕਟਰੀ ਨੇ ਉਹਨਾਂ ਦੀ ਚੇਅਰ ਨੂੰ ਚੁਣੌਤੀ ਦੇਣ ਉਹ ਸ਼ਾਇਦ ਜ਼ਿਆਦਾ ਪੈਟਰਨ ਠੀਕ ਹੈ ਬਿਲਕੁਲ ਸੁਪਰੀਮ ਕੋਰਟ ਆਪੇ ਇਹਦੇ ਜਿਹੜੇ ਡਿਲੇ ਹੋ ਰਹੇ ਨੇ ਇਲੈਕਸ਼ਨ ਉੱਤੇ ਕੋਈ ਨਾ ਕੋਈ ਫੈਸਲਾ ਦੇ ਸਕਦੀ ਹੈ ਅਤੇ ਦੂਸਰਾ ਜਿਸ ਤਰ੍ਹਾਂ ਹੁਣ ਚੋਣ ਕਮਿਸ਼ਨ ਦਾ ਮੋਦੀ ਸਾਹਿਬ ਧੰਨਵਾਦ ਕਰ ਰਹੇ ਨੇ ਜਿਹੜੀ ਸ਼੍ਰੀ ਕੇਦਾਰਨਾਥ ਦੀ ਯਾਤਰਾ ਉਹਨੇ ਕੀਤੀ 17 ਘੰਟੇ ਮੋਦੀ ਸਾਹਿਬ ਗੁਫਾ 'ਚ ਰਹੇ ਪਰ ਗੁਫਾ 'ਚੋਂ ਲਾਈਵ ਸੀ ਇੱਦਾਂ ਦੀਆਂ ਵੀ ਲਗਜ਼ਰੀ ਗੁਫਾਵਾਂ ਹੋ ਗਈਆਂ ਕੀ ਦੂਸਰਾ ਮੁੱਦਾ ਆਪਾਂ ਪਹਿਲਾਂ ਵੀ ਉਠਾਇਆ ਸੀ ਕਿ ਜਦੋਂ ਇਲੈਕਸ਼ਨ ਦੇ ਦੌਰਾਨ ਧਾਰਮਿਕ ਸਥਾਨਾਂ 'ਤੇ ਜਾ ਕੇ ਪ੍ਰਚਾਰ ਕਰਨ 'ਤੇ ਪਾਬੰਦੀ ਹੈ ਫਿਰ ਇਸ ਤਰ੍ਹਾਂ ਉੱਥੇ ਜਿਹੜਾ ਹਰ ਹਰ ਮਹਾਂਦੇਵ ਦੇ ਨਾਅਰੇ ਲਾਉਣੇ ਜਾਂ ਹਰਸਿਮਰਤ ਬਾਦਲ ਪਰਿਵਾਰ ਵੱਲੋਂ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਜਾਣਾ ਕੀ ਇਹ ਆਦਰਸ਼ ਚੋਣ ਜ਼ਾਬਤੇ ਦੀ ਸਿੱਧੀ ਸਿੱਧੀ ਉਲੰਘਣਾ ਨਹੀਂ ਧਰਮ ਦੇ ਨਾਂ 'ਤੇ ਜੀ ਬਿਲਕੁਲ ਸਿੱਧੀ ਉਲੰਘਣਾ ਜੀ ਕਨਸਟੀਟਿਊਸ਼ਨਲ ਤੌਰ 'ਤੇ ਇਹ ਗੈਰ ਵਿਧਾਨਕ ਕਾਰਵਾਈਆਂ ਹੋਈਆਂ ਨੇ ਅਤੇ ਬੜੀ ਸਪਸ਼ਟ ਗੱਲ ਆ ਜਿਵੇਂ ਰਾਹੁਲ ਗਾਂਧੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਵੀ ਹੈ ਟੀਐਮਸੀ ਨੇ ਚੁਣੌਤੀ ਦਿੱਤੀ ਸਭ ਤੋਂ ਪਹਿਲਾਂ ਬੰਗਾਲ ਨੇ ਬਿਲਕੁਲ ਕਿ ਬਈ ਇਲੈਕਸ਼ਨ ਕਮਿਸ਼ਨਰ ਮੋਦੀ ਸਰਕਾਰ ਅੱਗੇ ਅਤੇ ਮੋਦੀ ਦੀ ਜਾਤੀ ਹਸਤੀ ਅੱਗੇ ਗੋਡੇ ਟੇਕ ਗਿਆ ਬਿਲਕੁਲ ਸਹੀ ਗੱਲ ਆ ਜੀ ਦੇਖੋ ਬੜਾ ਸਪਸ਼ਟ ਜਿਹਾ ਗੱਲ ਹੋਈ ਹੈ ਇਹਨਾਂ ਇਲੈਕਸ਼ਨਾਂ ਵਿੱਚ ਵੋਟਾਂ ਨੂੰ ਪੋਲਰਾਈਜੇਸ਼ਨ ਅਤੇ ਕਮਿਊਨਿਟੀਜ਼ ਦੀ ਪੋਲਰਾਈਜੇਸ਼ਨ ਕਰਨ ਵਾਸਤੇ ਐਤਕੀ ਜੋ ਕੰਮ ਕੀਤੇ ਗਏ ਨੇ ਭਾਰਤ ਦੇ ਇਤਿਹਾਸ ਵਿੱਚ ਭੂਤਕਾਲ ਵਿੱਚ ਅਜਿਹੇ ਕਦੇ ਵੀ ਇਹ ਕੰਮ ਨਹੀਂ ਕੀਤੇ ਗਏ ਨੀਵੇਂ ਪੱਧਰ ਦੀਆਂ ਬੋਲਬਾਣੀ ਧਰਮ ਦਾ ਸਿੱਧਾ ਇਸਤੇਮਾਲ ਜੀ ਅਤੇ ਹਿੰਦੁੱਤਵਾਦੀ ਕੱਟਰਵਾਦੀ ਭਾਵਨਾ ਨੂੰ ਸਿੱਧਾ ਸਥਾਪਿਤ ਕਰਵਾਉਣਾ ਮੋਦੀ ਜਿਹੜਾ ਬਦਰੀਨਾਥ ਗਿਆ ਕੇਦਾਰਨਾਥ ਗਿਆ ਜੀ ਇਹ ਵੀ ਦੇਖੋ ਹਲੇ ਆਖਰੀ ਪੋਲ ਹੋਣੀ ਸੀ ਇਲੈਕਸ਼ਨ ਆਖਰੀ ਗੇੜ ਹਲੇ ਹੋਣਾ ਸੀ ਉਸ ਤੋਂ ਪਹਿਲਾਂ ਪਰਮਿਸ਼ਨ ਲੈ ਕੇ ਇਲੈਕਸ਼ਨ ਕਮਿਸ਼ਨਰ ਦੀ ਪ੍ਰਾਈਮ ਮਿਨਿਸਟਰ ਵੱਲੋਂ ਉੱਥੇ ਜਾਣਾ ਅਤੇ ਫਿਰ ਇਲੈਕਸ਼ਨ ਕਮਿਸ਼ਨਰ ਦਾ ਪ੍ਰਾਈਮ ਮਿਨਿਸਟਰ ਵੱਲੋਂ ਧੰਨਵਾਦ ਕਰਨਾ ਦੇਖੋ ਜਿਹੜੀ ਤ੍ਰਾਸਦੀ ਆਈ ਸੀ ਉੱਥੇ ਕੁਦਰਤੀ ਆਫਤ ਆਈ ਸੀ ਕਿ ਇੱਥੇ ਅਸੀਂ ਬਹੁਤ ਵੱਡਾ ਪ੍ਰੋਜੈਕਟ ਕਿ ਉਹ ਵੀ ਇੱਕ ਲੋਭ ਲਾਲਚ ਨਹੀਂ ਮੈਂ ਤੁਹਾਨੂੰ ਉਹੀ ਚੀਜ਼ ਕਹਿ ਰਿਹਾ ਇਲੈਕਸ਼ਨ ਕਮਿਸ਼ਨਰ ਦਾ ਧੰਨਵਾਦ ਕਰਨਾ ਫਿਰ ਉਸ ਦੇ ਨਾਲ ਮੋਦੀ ਦਾ ਸਪੈਸ਼ਲੀ ਮੀਡੀਆ ਦਾ ਧੰਨਵਾਦ ਕਰਨਾ ਕਿ ਬਈ ਮੀਡੀਆ ਵੀ ਮੇਰੀ ਗੁਫਾ ਤੱਕ ਆ ਗਿਆ ਮੈਂ ਉਸਦਾ ਧੰਨਵਾਦੀ ਹਾਂ ਠੀਕ ਆ ਨਾ ਜੀ ਹੁਣ ਮੀਡੀਆ ਆਪੇ ਤਾਂ ਗਿਆ ਨਹੀਂ ਜੀ ਉਹ ਤਾਂ ਉਸੇ ਦੇ ਨਾਲ ਹੀ ਬੈਠ ਕੇ ਗਿਆ ਉਹ ਆਪ ਹੀ ਉਹਨਾਂ ਨੂੰ ਸਾਰੇ ਲੈ ਕੇ ਗਏ ਨੇ ਤੀਸਰੀ ਚੌਥੀ ਗੱਲ ਉੱਥੇ ਪਹੁੰਚ ਕੇ ਜੇ ਤੂੰ ਧਰਮ ਦੇ ਦਰਸ਼ਨ ਲਈ ਵੀ ਗਿਆ ਉੱਥੇ ਜਾ ਕੇ ਤੂੰ ਰਾਜਨੀਤਿਕ ਬਿਆਨ ਦੇ ਰਿਹਾ ਅਤੇ ਜਿਹੜੇ ਕਿ ਇਲੈਕਸ਼ਨਾਂ ਦੇ ਦੌਰਾਨ ਚੋਣ ਜ਼ਾਬਤੇ ਦੇ ਖਿਲਾਫ ਨੇ ਕਿ ਤੁਸੀਂ ਕੋਈ ਵਿਕਾਸ ਦੀ ਯੋਜਨਾ ਦੀ ਡਿਕਲੇਰੇਸ਼ਨ ਨਹੀਂ ਕਰ ਸਕਦੇ ਕਿਸੇ ਹੋਰ ਯੋਜਨਾ ਦੀ ਡਿਕਲੇਰੇਸ਼ਨ ਨਹੀਂ ਕਰ ਸਕਦੇ ਉਹ ਹਿੰਦੁੱਤਵਾ ਦੇ ਏਜੰਡੇ ਦੀ ਡਿਕਲੇਰੇਸ਼ਨ ਕਰ ਰਿਹਾ ਉੱਥੋਂ ਜਾ ਕੇ ਇਹ ਇੱਕ ਬਹੁਤ ਵੱਡਾ ਸੰਕੇਤ ਹੈਗਾ ਕਿ ਆਉਣ ਵਾਲਾ ਭਾਰਤ ਭਾਜਪਾ ਦੇ ਅੰਡਰ ਜੇ ਫਿਰ ਸੱਤਾ ਹੀ ਚਾਹੁੰਦਾ ਅਤੇ ਉਸ ਦੇ ਏਜੰਡੇ 'ਤੇ ਸਿਰਫ ਅਤੇ ਸਿਰਫ ਹਿੰਦੁੱਤਵਾ ਹੋਏਗਾ ਹਿੰਦੁੱਤਵਾ ਦੇ ਰਹਿਮੋ ਕਰਮ 'ਤੇ ਬਾਕੀ ਸਾਰੀਆਂ ਮਾਈਨੋਰਿਟੀਜ਼ SC ST ਸਾਰਿਆਂ ਨੂੰ ਲੈ ਆਉਂਦਾ ਜਾਏਗਾ ਅਤੇ ਉਹਨਾਂ ਦੀ ਹੋਂਦ ਦਾ ਸਰਵਾਈਵਲ ਦਾ ਸਵਾਲ ਪੈਦਾ ਕਰ ਦਿੱਤਾ ਜਾਏਗਾ ਇਹ ਇੱਕ ਕਲੀਅਰ ਕੱਟ ਏਜੰਡਾ ਇਲੈਕਸ਼ਨ ਕਮਿਸ਼ਨਰ ਦੀ ਸਾਂਝ ਗਾਂਢ ਨਾਲ ਮੋਦੀ ਜੀ ਨੇ ਕੇਦਾਰਨਾਥ ਤੋਂ ਡਿਕਲੇਅਰ ਕਰ ਦਿੱਤਾ ਬਿਲਕੁਲ ਇਸੇ ਤਰ੍ਹਾਂ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਬਾਦਲ ਪਰਿਵਾਰ ਵੀ ਗਿਆ ਉਹ ਵੀ ਇੱਕ ਆਪਣੇ ਆਪ ਨੂੰ ਆਪਣੀ ਛਵੀ ਨੂੰ ਸੁਧਾਰਨ ਦੀ ਕੋਸ਼ਿਸ਼ ਹੈ ਕਿ ਅਸੀਂ ਇਸ ਤਰ੍ਹਾਂ ਦੇ ਧਾਰਮਿਕ ਲੋਕ ਹਾਂ ਤੁਸੀਂ ਜਾਓ ਪਰ ਕੈਮਰੇ ਜਿਹੜੇ ਹੈ ਤੁਸੀਂ ਉੱਥੇ ਕਿਉਂ ਇਸ ਤਰ੍ਹਾਂ ਕੀਤਾ ਜਾ ਰਿਹਾ ਆਮ ਬੰਦਾ ਉੱਥੇ ਕੈਮਰਾ ਨਹੀਂ ਰਨ ਕਰ ਸਕਦਾ ਕੁਛ ਖਾਸ ਜਿਹੜੇ ਇੱਕ ਸਰਪ੍ਰਸਤ ਪਰਿਵਾਰ ਦੇ ਚੈਨਲ ਨੇ ਉਹੀ ਉੱਥੇ ਜਾ ਕੇ ਕੈਮਰੇ ਯੂਜ਼ ਕਰਦੇ ਨੇ ਉੱਦਾਂ ਤਾਂ ਆਮ ਸਿੱਖ ਕੈਮਰਾ ਨਹੀਂ ਯੂਜ਼ ਕਰ ਸਕਦਾ ਸੋ ਉਹ ਸਾਰਾ ਕੁਛ ਵੀ ਪਲਾਂਟਡ ਸੀ ਇਸ ਤਰ੍ਹਾਂ ਤੁਸੀਂ ਕੈਪਟਨ ਸਾਹਿਬ ਦੀ ਗੱਲ ਕਰ ਲਓ ਪਟਿਆਲਾ 'ਚ ਜਿਸ ਦਿਨ ਇਲੈਕਸ਼ਨ ਸੀ
ਕਪਤਾਨ ਸਾਹਿਬ ਦੀ ਜਿਹੜੀ ਬੇਟੀ ਹੈ ਉਹ ਵੀ ਕਹਿ ਰਹੇ ਸੀ ਕਿ ਸਮਾਰਟਫੋਨ ਆਏ ਪਏ ਨੇ, ਇਲੈਕਸ਼ਨ ਤੋਂ ਬਾਅਦ ਅਸੀਂ ਵੰਡ ਦੇਣੇ ਆ। ਇਹ ਵੀ ਉਹੀ ਚੀਜ਼ਾਂ ਹੋ ਗਈਆਂ, ਬਿਲਕੁਲ ਸੇਮ ਚੀਜ਼ਾਂ ਜੀ। ਅੱਛਾ, ਓਵਰਆਲ ਕੀ ਦੇਖਦੇ ਹੋ ਸਤਿੰਦਰਪਾਲ ਸਿੰਘ ਜੀ, ਪੰਜਾਬ ਦੀ ਸਿਆਸਤ ਨੂੰ ਤੁਸੀਂ ਕਾਫੀ ਹੱਡੀ ਹੰਡਾਇਆ, ਓਵਰਆਲ ਜੇ ਸੀਟ ਵਾਈਜ਼ ਅਨਾਲਿਸਿਸ ਕੀਤਾ ਜਾਵੇ ਤਾਂ 13 ਦੇ ਵਿੱਚੋਂ ਕਿੰਨੀਆਂ ਕੁ ਸੀਟਾਂ ਕਾਂਗਰਸ ਲੂਜ਼ ਕਰਦੀ ਨਜ਼ਰ ਆਉਂਦੀ ਹੈ, ਕਿਹੜੀਆਂ ਕਿਹੜੀਆਂ ਸੀਟਾਂ ਜਾ ਸਕਦੀਆਂ ਨੇ ਕਾਂਗਰਸ ਕੋਲੋਂ? ਦੇਖੋ, ਮੈਨੂੰ ਜਿਹੜੀਆਂ ਸੀਟਾਂ 'ਤੇ ਸਪਸ਼ਟ ਜਿਹਾ ਡਾਊਟ ਲੱਗਦਾ ਉਹ ਫਿਰੋਜ਼ਪੁਰ ਵਾਲੀ ਹੈ, ਬਠਿੰਡੇ ਵਾਲੀ ਹੈ, ਵੀ ਸੰਗਰੂਰ ਵਾਲੀ ਹੈ। ਓਕੇ, ਵੀ ਇਹ ਭਗਵੰਤ ਮਾਨ ਜਾਂ ਹਰਸਿਮਰਤ ਜਾਂ ਸੁਖਬੀਰ ਕੱਢ ਸਕਦੇ ਨੇ। ਇਹ ਇੱਕ ਬੈਂਸ ਵਾਲੀ ਲੁਧਿਆਣੇ ਵਾਲੀ ਸੀਟ 'ਤੇ ਮੁਕਾਬਲਾ ਤਕੜਾ ਹੈ ਜੀ, ਪਰ ਉਹ ਤਾਂ ਕਿਹਾ ਜਾ ਰਿਹਾ ਕਿ ਅਕਾਲੀ ਦਲ ਦੇ ਮਹੇਸ਼ ਚੰਦਰ ਬਾਦਲ। ਮੈਂ ਉਹੀ ਗੱਲਾਂ ਕਰਨ ਲੱਗਾ ਸੀ। ਅਤੇ ਪੰਜਵੀਂ ਮੈਨੂੰ ਸੀਟ ਇੱਕ ਲੱਗਦੀ ਸੀ ਬੀਬੀ ਖਾਲੜੇ ਵਾਲੀ, ਠੀਕ ਆ ਜੀ। ਹੁਣ ਉਹ ਇੰਨਾ ਪੰਜਾਂ ਹੋਰ ਕਿਤੇ ਤਾਂ ਕੋਈ ਮੁਕਾਬਲਾ ਹੈ ਹੀ ਨਹੀਂ ਸੀ ਜੀ ਕਾਂਗਰਸ ਨਾਲ, ਹੋਰ ਕਿਤੇ ਵੀ ਸੀਟ 'ਤੇ ਕਿਸੇ ਦਾ ਕੋਈ ਤੀਜੀ ਧਿਰ ਤਾਂ ਪੰਜਾਬ ਵਿੱਚ ਉੱਭਰੀ ਨਹੀਂ ਨਾ ਜੀ, ਕੋਈ ਮੁਕਾਬਲਾ ਨਹੀਂ ਸੀ ਸਿੱਧੇ ਤੌਰ 'ਤੇ। ਹੁਣ ਜੇ ਮੈਂ ਖਾਲੜੇ ਵਾਲੀ ਸੀਟ ਤੋਂ ਆਰੰਭ ਕਰਦਾ ਜੀ, ਉਹ ਸੀਟ 'ਤੇ ਮੈਨੂੰ ਇਹ ਲੱਗਦਾ ਕਿ ਅਖੋਤੀ ਪੰਥਕ ਧਿਰਾਂ ਨੇ, ਦਮਦਮੀ ਟਕਸਾਲ ਨੇ ਅਤੇ ਬਾਕੀ ਸਾਰਿਆਂ ਨੇ ਅੰਦਰ ਖਾਤੇ ਸਮਝੌਤਾ ਕਰਕੇ ਇੱਕ ਵਿਸ਼ੇਸ਼ ਧਿਰ ਨੂੰ ਜਿਹੜੀ ਕਿ ਜੇਤੂ ਮੰਨੀ ਜਾਂਦੀ ਹੈ ਧਿਰ, ਉਹਨੂੰ ਆਪਣੀਆਂ ਵੋਟਾਂ ਦਾ ਭੁਗਤਾਨ ਕਰਾ ਦਿੱਤਾ। ਕਿਉਂਕਿ ਜਿੰਨੀ ਘੱਟ ਵੋਟ ਉਸ ਬੀਬੀ ਖਾਲੜ ਦੀ ਸੀਟ 'ਤੇ ਖਡੂਰ ਸਾਹਿਬ ਵਿੱਚ ਪਈ ਹੈ, ਘੱਟ ਵੋਟ ਹਮੇਸ਼ਾ ਹੀ ਸਥਾਪਿਤ ਧਿਰ ਦਾ, ਸੱਤਾਧਾਰੀ ਧਿਰ ਦਾ ਫੇਵਰ ਕਰਦੀ ਹੈ ਅਤੇ ਬਾਕੀ ਉਪਰਾਮ ਵੋਟ। ਦੂਸਰੀ ਗੱਲ ਜਿਹੜੀ ਹੈ ਇਸ ਇਲੈਕਸ਼ਨ ਵਿੱਚ ਖਾਸ ਤੌਰ 'ਤੇ ਹੋਈ ਔਰ ਜਿਸ ਨੂੰ ਹਾਲੇ ਤੱਕ ਪੰਜਾਬ ਦੇ ਮੀਡੀਏ ਨੇ ਆਪਣੇ ਏਜੰਡੇ 'ਤੇ ਨਹੀਂ ਲਿਆ ਜੀ, ਉਹ ਹੈਗੀ ਹੈ ਕਿ ਪੰਥਕ ਧਿਰਾਂ ਨੇ ਖਾਸ ਤੌਰ 'ਤੇ, ਚਾਹੇ ਔਰ ਸਿਮਰਨਜੀਤ ਸਿੰਘ ਮਾਨ ਨੇ ਵਿਸ਼ੇਸ਼ ਤੌਰ 'ਤੇ ਇਹ ਬਿਆਨ ਲਾਏ ਸੀ ਕਿ ਬੀਬੀ ਖਾਲੜੇ ਨੂੰ ਵੋਟ ਪਾਉਣ ਦੀ ਬਜਾਏ ਨੋਟਾਂ ਦਾ ਬਟਨ ਦਬਾ ਦਿਓ। ਸਿਮਰਨਜੀਤ ਮਾਨ ਹੋਰਾਂ ਨੂੰ ਕੀ ਦਿੱਕਤ ਸੀ ਵੈਸੇ ਉਹਦੇ 'ਚ ਜੇ ਦੇਖਿਆ ਜਾਵੇ ਬੀਬੀ ਖਾਲੜਾ ਦੇ ਮਾਮਲੇ 'ਚ? ਕਿਉਂਕਿ ਦਿੱਕਤਾਂ ਬੜੀਆਂ ਵੱਡੀਆਂ ਨੇ ਜੀ। ਸਿਮਰਨਜੀਤ ਸਿੰਘ ਮਾਨ ਪਹਿਲੀ ਤਾਂ ਚਾਹੁੰਦਾ ਹੀ ਨਹੀਂ ਕਿ ਪੰਜਾਬ ਤੋਂ ਕੋਈ ਵੀ ਮੈਂਬਰ ਪਾਰਲੀਮੈਂਟ ਜਾਂ ਸਿਆਸੀ ਧਿਰ ਸੈਂਟਰ 'ਚ ਜਾ ਕੇ ਪੰਜਾਬ ਦੇ ਮਸਲਿਆਂ 'ਤੇ, ਖਾਸ ਤੌਰ 'ਤੇ ਸਿੱਖਾਂ ਦੇ ਮਸਲਿਆਂ 'ਤੇ ਅਤੇ ਸ਼ਹੀਦਾਂ ਦੇ ਮਸਲਿਆਂ 'ਤੇ ਬੋਲੇ। ਇਹਦਾ ਕਾਂਗਰਸ ਨਾਲ ਸਮਝੌਤਾ ਹੋਇਆ। ਮੈਂ ਗੱਲ ਨੋਟਾਂ ਦੀ ਕਰ ਰਿਹਾ ਸੀ, ਮੈਂ ਸਿਮਰਨਜੀਤ ਸਿੰਘ ਮਾਨ ਦੀਆਂ ਕਿਸੇ ਵੀ ਗੱਲਾਂ ਨੂੰ ਕੋਈ ਅਹਿਮੀਅਤ ਹੀ ਨਹੀਂ ਦਿੰਦਾ, ਕਿਉਂਕਿ ਉਹ ਹਮੇਸ਼ਾ ਨੈਗੇਟਿਵ ਸਿੱਖ ਨੈਗੇਟਿਵ ਪੋਲੀਟਿਕਸ ਕਰਦਾ ਅਤੇ ਸਿੱਖਾਂ ਨੂੰ ਬਰਬਾਦ ਕਰਾਉਣ ਵਾਲੀ ਪੋਲੀਟਿਕਸ ਕਰਦਾ। ਇਸ ਲਈ ਬੀਬੀ ਖਾਲੜਾ ਦੇ ਤਾਂ ਸਾਰੇ ਉਹਨਾਂ ਨੇ ਹਿਊਮਨ ਰਾਈਟਸ ਦਾ ਕੰਮ ਕੀਤਾ, ਕੋਈ ਰਾਜਸੀ ਲਾਹਾ ਨਹੀਂ ਲਿਆ ਉਹਨਾਂ ਦਾ ਵਿਰੋਧ। ਮੈਂ ਤੁਹਾਨੂੰ ਉਹੀ ਕਹਿ ਰਿਹਾ ਕਿ ਸਾਰੀਆਂ ਧਿਰਾਂ ਨੇ, ਮੈਂ ਜਿਹੜੀ ਚੀਜ਼ ਤੁਹਾਡੇ ਰਾਹੀਂ ਏਜੰਡੇ 'ਤੇ ਲਿਆਉਣਾ ਚਾਹੁੰਦਾ ਤੁਹਾਡੇ ਚੈਨਲ ਰਾਹੀਂ, ਕਿ ਨੋਟਾਂ ਨੂੰ ਵੋਟ ਪਾਓ। ਹੁਣ ਜਿਹੜੀ ਪੰਜਾਬ ਵਿੱਚ ਐਤਕੀ ਸਭ ਤੋਂ ਵੱਧ ਹਵਾ ਫੈਲੀ ਕਿ ਬਈ ਨੋਟਾਂ ਨੂੰ ਵੋਟ ਪਾਓ, ਬਰਗਾਲੀ ਵਾਲਿਆਂ ਨੇ ਵੀ ਕਹਿਤਾ ਨੋਟਾਂ ਨੂੰ ਵੋਟ ਪਾਓ, ਬਠਿੰਡੇ 'ਚ ਵੀ ਕਹਿਤਾ, ਫਿਰੋਜ਼ਪੁਰ ਵੀ ਕਹਿਤਾ, ਬਾਦਲਾਂ ਦੇ ਖਿਲਾਫ਼ ਵੀ ਨੋਟਾਂ ਨੂੰ ਵੋਟ ਪਾਓ। ਉਹਨਾਂ ਨੋਟਾਂ ਕੀ ਚੀਜ਼ ਆ, ਇਹ ਕਿਸੇ ਨੇ ਦੱਸਣ ਦੀ ਲੋੜ ਪੰਜਾਬ ਦੇ ਵੋਟਰਾਂ ਨੂੰ ਨਹੀਂ ਦੱਸੀ। ਬੜੀਆਂ ਮੀਡੀਆ 'ਤੇ ਵੀ ਅਤੇ ਆਪਣਾ ਨੈੱਟ 'ਤੇ ਵੀ ਅਤੇ ਸਾਈਬਰ ਵਿੱਚ ਵੀ ਗੱਲਾਂ ਚੱਲਦੀਆਂ ਰਹੀਆਂ ਕਿ ਜੀ ਨੋਟਾਂ ਨਾਲ ਇੰਝ ਹੋ ਜਾਏਗਾ, ਨੋਟਾਂ ਨਾਲ ਉਂਝ ਹੋ ਜਾਏਗਾ, ਗੁੰਮਰਾਹ ਜ਼ਿਆਦਾ ਸੀ, ਸਾਰੀਆਂ ਹੀ ਗਲਤ ਸੀ, ਗੁੰਮਰਾਹ ਕੌਣ ਸੀ। ਬੇਸਿਕ ਗੱਲ ਹੈਗੀ ਹੈ ਕਿ ਜਿਹੜੀ ਵੋਟ ਨੋਟਾਂ ਨੂੰ ਪੈ ਗਈ ਉਹ ਸਿੰਪਲ ਜਿਹੀ ਗੱਲ ਹੈਗੀ ਹੈ ਕਿ ਉਸ ਦੀ ਵੈਲਿਊ ਖਤਮ ਹੋ ਗਈ, ਕਿਉਂਕਿ ਨੋਟਾ ਆਪਣੇ ਆਪ ਵਿੱਚ ਕੋਈ ਕੰਸਟੀਟਿਊਸ਼ਨਲ ਹੱਕ ਨਹੀਂ ਰੱਖਦਾ, ਕੋਈ ਕੰਸਟੀਟਿਊਸ਼ਨਲ ਸਿਚੁਏਸ਼ਨ ਨਹੀਂ ਰੱਖਦਾ। ਨੋਟਾ ਸਿਰਫ ਇੱਕ ਸੁਪਰੀਮ ਕੋਰਟ ਵਿੱਚ ਪਾਈ ਗਈ ਪਟੀਸ਼ਨ ਦੇ ਤਹਿਤ ਸੁਪਰੀਮ ਕੋਰਟ ਵੱਲੋਂ ਮਿਲੀਆਂ ਹਦਾਇਤਾਂ ਦੇ ਤੌਰ 'ਤੇ ਇੱਕ ਬਟਨ ਹੈ ਜਿਸ ਦੀ ਕੋਈ ਸੰਵਿਧਾਨਿਕ ਵੈਲਿਊ ਨਹੀਂ ਹੈ। ਹੁਣ ਉਸ ਦੀ ਵੈਲਿਊ ਕੀ ਹੈ ਸਮਝਾਉਣ ਵਾਸਤੇ ਮੈਂ ਸਪਸ਼ਟ ਕਰ ਦਿੰਦਾ। 1000 ਵੋਟ ਪਈ, 1000 ਵੋਟ ਵਿੱਚੋਂ 999 ਵੋਟਾਂ ਪੈ ਗਈਆਂ ਨੋਟਾਂ ਨੂੰ, ਅਤੇ ਇੱਕ ਵੋਟ ਕਿਸੇ ਵੀ ਉਮੀਦਵਾਰ ਨੂੰ ਪੈ ਜਾਏ, ਸੰਵਿਧਾਨਕ ਤੌਰ 'ਤੇ ਇਲੈਕਸ਼ਨ ਕਮਿਸ਼ਨਰ ਉਸ ਇੱਕ ਪਈ ਹੋਈ ਵੋਟ ਵਾਲੇ ਉਮੀਦਵਾਰ ਨੂੰ ਜੇਤੂ ਕਰਾਰ ਦਏਗਾ। 999 ਵੋਟਾਂ ਨੂੰ ਪਈਆਂ ਹੋਈਆਂ ਵੋਟਾਂ ਵਾਲਿਆਂ ਦਾ, ਹਾਲਾਂਕਿ ਜੇ ਨੋਟਾਂ ਨੂੰ ਵੱਧ ਪੈ ਗਈਆਂ ਸਾਰੇ ਉਮੀਦਵਾਰ ਨਵੇਂ ਉਮੀਦਵਾਰ ਖੜਾਉਣੇ ਹੋਣਗੇ, ਇਹਦੇ 'ਚ ਕੋਈ ਐਸਾ ਕੁਛ ਸੱਚ ਨਹੀਂ ਹੈਗਾ ਜੀ। ਮੈਂ ਇਸ ਕਰਕੇ ਆ ਪੁਆਇੰਟ, ਪੰਥਕ ਧਿਰਾਂ ਨੇ ਜਿਹੜੀ ਹੈ ਨੋਟਾਂ ਵਾਲੀ ਗੇਮ ਖੇਡੀ ਹੈ ਸਿਰਫ ਅਤੇ ਸਿਰਫ ਬਾਦਲਾਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਖੇਡੀ, ਕਿਉਂਕਿ ਜਿੰਨੀ ਪੰਥਕ ਧਿਰਾਂ ਦੀ ਵੋਟ ਹੈਗੀ ਹੈ
ਜਿੰਨੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਦੁਖੀ ਜਜ਼ਬਾਤੀ ਵੋਟ ਹੈ, ਜੇ ਉਹ ਨੋਟਾਂ ਨੂੰ ਭੁਗਤ ਜਾਂਦੀ ਹੈ ਉਹਦੀ ਵੈਲਿਊ ਖਤਮ ਹੋ ਜਾਂਦੀ ਹੈ, ਤੇ ਬਾਦਲ ਨੂੰ ਉਹਦਾ ਫਾਇਦਾ ਹੁੰਦਾ ਕਿਉਂਕਿ ਉਹ ਕਾਂਗਰਸ ਨੂੰ ਨਹੀਂ ਪਈ ਵੋਟ, ਉਹ ਆਪ ਨੂੰ ਨਹੀਂ ਪਈ ਵੋਟ, ਡੈਮੋਕ੍ਰੈਟਿਕ ਅਲਾਇੰਸ ਨੂੰ ਕਿਸੇ ਵੀ ਤੀਜੀ ਧਿਰ ਨੂੰ ਨਹੀਂ ਪਈ, ਵਿਰੋਧੀ ਸੀ ਅਕਾਲੀ ਦਲ ਦੇ, ਉਹ ਵੋਟ ਜ਼ੀਰੋ ਹੋ ਗਈ, ਉਹ ਵੋਟ ਜ਼ੀਰੋ ਹੋ ਗਈ। ਤੇ ਅਕਾਲੀ ਦਲ ਦੀ ਆਪਣੀ ਵੋਟ ਫਿਕਸ ਹੈਗੀ ਹੈ ਜੀ, ਕਾਂਗਰਸ ਦੀ ਆਪਣੀ ਵੋਟ ਫਿਕਸ ਹੈਗੀ ਹੈ, ਉਸ ਫਿਕਸ ਵੋਟ ਦੇ ਆਧਾਰ ਤੇ ਜੇ ਪਿਛਲੀਆਂ ਇਲੈਕਸ਼ਨਾਂ ਵੀ ਦੇਖੋ ਤੇ ਅਕਾਲੀ ਦਲ ਦੀ ਵੋਟ ਜ਼ਿਆਦਾ ਸੀ ਕਾਂਗਰਸ ਦੀ ਆਪ ਨਾਲੋਂ, ਤੇ ਕਾਂਗਰਸ ਦੀ ਤੇ ਵੋਟ ਵੀ ਘੱਟ ਸੀ ਪਰ ਅਕਾਲੀ ਦਲ ਹਾਰਿਆ। ਪਰ ਹੁਣ ਜੇ ਅਕਾਲੀ ਦਲ ਆਪਣੀ ਵੋਟ ਸੰਭਾਲ ਜਾਂਦਾ, ਹੋਰ ਪੰਥਕ ਧਿਰਾਂ ਸਿੱਖਾਂ ਦੀ ਜਜ਼ਬਾਤੀ ਵੋਟ ਨੂੰ ਨੋਟਾਂ ਦੇ ਅਧੀਨ ਨਿਊਟਰਲਾਈਜ਼ ਕਰਾ ਕੇ ਸਿਫਰ ਕਰਾ ਦਿੰਦੀਆਂ ਨੇ, ਫਿਰ ਅਕਾਲੀ ਦਲ ਜੇਤੂ ਹੈ ਜੀ। ਜੀ ਅੱਛਾ, ਇੱਕ ਇਸੇ ਤਰ੍ਹਾਂ ਦਾ ਮਾਮਲਾ ਜਿਹੜਾ ਆਪਾਂ ਅੱਗੇ ਚੱਲ ਕੇ ਵੀ ਗੱਲ ਕਰਾਂਗੇ। ਖਾਲਸਾ ਜੀ ਇੱਕ ਬ੍ਰੇਕ ਲੈਣਾ, ਬ੍ਰੇਕ ਤੋਂ ਬਾਅਦ ਆਪਦਾ ਸਵਾਗਤ ਰਹੇਗਾ। ਅਕਾਲ ਚੈਨਲ ਦੇ ਸਤਿਕਾਰਤ ਦਰਸ਼ਕਾਂ ਦਾ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਫਿਰ ਤੋਂ ਸਵਾਗਤ ਹੈ, ਅਤੇ ਨਾਲ ਨਾਲ ਸਵਾਗਤ ਕਰਦੇ ਹਾਂ ਸਾਬਕਾ ਮੈਂਬਰ ਪਾਰਲੀਮੈਂਟ ਸਾਹ ਅਤਿੰਦਰਪਾਲ ਸਿੰਘ। ਖਾਲਸਾ ਜੀ ਸਵਾਗਤ ਹੈ ਆਪ ਜੀ ਦਾ। ਖਾਲਸਾ ਜੀ, ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਇਹ ਜਿਹੜਾ ਹਾਲੀਆ ਹਾਲਾਤ ਨੇ ਪੰਜਾਬ ਦੇ ਪੋਲੀਟਿਕਸ ਦੇ, ਤਕਰੀਬਨ ਆਪਾਂ ਸਾਰੀ ਗੱਲਬਾਤ ਤੁਸੀਂ ਵਿਸਤਾਰ ਨਾਲ ਦੱਸੀ ਹੈ। ਇਸੇ ਤਰ੍ਹਾਂ ਦਾ ਮਾਮਲਾ ਬਨਾਰਸ ਦੇ ਵਿੱਚ ਵੀ ਆਇਆ ਸਾਹਮਣੇ, ਜਿੱਥੋਂ ਮੋਦੀ ਸਾਹਿਬ ਇਲੈਕਸ਼ਨ ਲੜੇ ਨੇ, ਕਿ ਉੱਥੇ ਵੀ ਕੁਛ ਲੋਕਾਂ ਦੇ ਅਗਾਊਂ ਹੀ ਉਂਗਲਾਂ 'ਤੇ ਸਾਹੀ ਲਾ ਦਿੱਤੀ ਕਿ ਤੁਹਾਡੀ ਵੋਟ ਸ਼ਾਮ ਨੂੰ ਹੀ ਪੈ ਗਈ, ਉਹ ਵੋਟਾਂ ਆ ਕੇ ਇਹਨਾਂ ਵੱਲੋਂ ਖੁਦ ਭੁਗਤਾਈਆਂ ਜਾਣੀਆਂ ਸੀ, ਉਹਨਾਂ ਨੂੰ ਪੈਸੇ ਦੇ ਕੇ 500 ਰੁਪਏ ਉਹਨਾਂ ਦੀਆਂ ਵੋਟਾਂ ਰਿਜੈਕਟ ਕਰ ਦਿੱਤੀਆਂ, ਉੱਥੇ ਆਪਣੇ ਬੰਦੇ ਇਹਨਾਂ ਦੇ ਉਹ ਵੋਟਾਂ ਨੇ ਜਿਹੜੀਆਂ ਆਪਣੇ ਹੱਕ 'ਚ ਭੁਗਤਾਉਣ ਦਾ ਇਹ ਨਵਾਂ ਪੈਟਰਨ ਸਾਹਮਣੇ ਆਇਆ। ਮਤਲਬ ਵੋਟਾਂ ਖਰੀਦ ਕੇ ਵੀ ਵਿਸ਼ਵਾਸ ਨਹੀਂ ਵੀ ਇਹ ਸਾਨੂੰ ਪਾਉਣ ਜਾਂ ਨਾ ਪਾਉਣ, ਉਹਦੀ ਜਗ੍ਹਾ ਆਪਣੇ ਬੰਦੇ ਲਾਏ ਗਏ ਜਾਲੀ। ਦੇਖੋ ਇਹ ਮੋਦੀ ਦੀ ਪੂਰੇ ਭਾਰਤ 'ਚ ਸਕੀਮ ਚੱਲੀ ਹੈ ਜੀ, ਐਤਕੀ ਸ਼ਾਹ ਦੇ ਪੈਰੋਕਾਰਾਂ ਰਾਹੀਂ। ਦਰਅਸਲ ਅਮਿਤ ਸ਼ਾਹ ਤੇ ਮੋਦੀ ਦੀ ਟੀਮ ਨੂੰ ਬਿਲਕੁਲ ਵੀ ਭਰੋਸਾ ਨਹੀਂ ਹੈਗਾ ਕਿ ਉਹਨਾਂ ਨੂੰ ਬੜੀ ਖਤਰਨਾਕ ਟੀਮ ਹੈ, ਕਿਉਂਕਿ ਘਰ ਦਾ ਭੇਤੀ ਲੰਕਟ ਆਏ ਤੁਹਾਡੀ ਗੱਲ ਵਿਚਾਲੇ ਹੈ। ਜਿਹੜੇ ਨੇ ਕਿਸਾਨ ਅੰਦੋਲਨ ਦੇ ਆਗੂ ਨੇ ਗੁਜਰਾਤ ਦੇ ਵਿੱਚ ਜੀ, ਉਹ ਚੰਡੀਗੜ੍ਹ ਆਏ ਪ੍ਰਚਾਰ ਦੇ ਵਾਸਤੇ, ਉਹਨਾਂ ਨੇ ਪਟੇਲ ਹਾਰਦਿਕ ਪਟੇਲ, ਹਾਂਜੀ, ਉਹਨਾਂ ਨੇ ਕਿਹਾ ਕਿ ਇਹ ਜਿਹੜੀ ਅਮਿਤ ਸ਼ਾਹ ਤੇ ਮੋਦੀ ਦੀ ਜੋੜੀ ਹੈ ਰੰਗੇ ਵੇਲੇ ਦੀ ਜੋੜੀ ਹੈ, ਤੁਹਾਨੂੰ ਚੇਤੇ ਹੋਣਾ ਕਿ 80 ਦੇ ਦਹਾਕੇ 'ਚ ਇੱਕ ਡਕੈਤ ਹੋਏ ਸੀ ਰੰਗਾ ਤੇ ਬਿੱਲਾ, ਕਹਿੰਦੇ ਇਹ ਰੰਗੇ ਵੇਲੇ ਦੀ ਜੋੜੀ ਹੈ, ਬਹੁਤ ਖਤਰਨਾਕ ਹੈ, ਉਹ ਰੰਗਾ ਵੇਲਾ ਮੁੜ ਕੇ ਸਰਵਾਈਵ ਹੋ ਕੇ। ਸੋ ਇਹ ਮਤਲਬ ਇੱਕ ਨਵਾਂ ਪੈਟਰਨ ਇਹਨਾਂ ਨੇ ਲੱਭਿਆ ਅਮਿਤ ਸ਼ਾਹ ਤੇ ਮੋਦੀ ਸਾਹਿਬ ਨੇ ਜੀ। ਬਿਲਕੁਲ ਜੀ, ਤੁਸੀਂ ਇਹ ਦੇਖੋ ਕਿ ਪੈਟਰਨ ਕਦੋਂ ਲੱਭਿਆ, ਕਿਵੇਂ ਲੱਭਿਆ ਤੇ ਕਿਵੇਂ ਸੰਦੇਸ਼ ਦਿੱਤਾ। ਮੋਦੀ ਪਹੁੰਚ ਜਾਂਦਾ ਬਦਰੀਨਾਥ, ਉੱਥੋਂ ਹਿੰਦੁੱਤਵਾ ਪੱਤਾ ਖੇਡਦਾ ਔਰ ਉਹਨੂੰ ਖੇਡਣ ਦੀ ਪਰਮਿਸ਼ਨ ਦਿੰਦਾ ਇਲੈਕਸ਼ਨ ਕਮਿਸ਼ਨਰ ਭਾਰਤ ਸਰਕਾਰ ਦਾ। ਇੱਧਰ ਸ਼ਾਹ ਦੀ ਟੀਮ ਆਖਰੀ ਗੇੜ ਪੈਣਾ ਹਲੇ ਵੋਟਾਂ ਦਾ, ਆਖਰੀ ਗੇੜ ਸਾਰੇ ਇੰਪੋਰਟੈਂਟ ਜ਼ਿਲ੍ਹਿਆਂ 'ਚ ਵੀ ਪੈਣਾ ਸੀ ਉਦੋਂ, ਔਰ ਜਿਸ ਵੇਲੇ ਵਾਰਾਣਸੀ ਬਨਾਰਸ ਦੀ ਇਲੈਕਸ਼ਨ ਹੋਈ ਹੈ ਮੋਦੀ ਦੀ, ਉਦੋਂ ਇਸ ਪੈਟਰਨ ਨੂੰ ਇਜਾਜ ਕੀਤਾ ਗਿਆ। ਔਰ ਇਹ ਪੈਟਰਨ ਯੂਪੀ ਦੇ ਔਰ ਝਾਰਖੰਡ ਦੇ ਸਾਰੇ ਹੀ ਜਿੰਨੇ ਵੀ ਗੇੜ ਚੱਲੇ ਨੇ ਉਹਨਾਂ 'ਚ ਅਖਤਿਆਰ ਕੀਤਾ ਗਿਆ ਕਿ ਸੀ, ਦੋ ਪੈਟਰਨ ਅਡਾਪਟ ਕੀਤੇ ਗਏ। ਪਹਿਲਾ ਪੈਟਰਨ ਭਾਰਤ ਸਰਕਾਰ ਨੇ ਲੋਕਾਂ ਦੀ ਕਮਾਈ ਦੇ ਟੈਕਸ ਦੀ ਇਨਕਮ ਨੂੰ ਸੰਵਿਧਾਨਕ ਤੌਰ 'ਤੇ ਗੈਰ ਵਿਧਾਨਕ ਆਧਾਰ 'ਤੇ ਵਰਤ ਕੇ ਲੋਕਾਂ ਨੂੰ ਇਲੈਕਸ਼ਨਾਂ ਤੋਂ ਡੇਢ ਮਹੀਨਾ ਪਹਿਲਾਂ ਗਰੀਬ ਕਿਸਾਨਾਂ ਨੂੰ ਇਹ ਕਿਹਾ ਕਿ ਤੁਹਾਡੇ ਖਾਤਿਆਂ 'ਚ 12-12 ਹਜ਼ਾਰ ਰੁਪਏ ਛਿਮਾਹੀ ਆਣ ਜੀ। ਇਹ ਇੱਕ ਸਰਕਾਰੀ ਧਨ ਰਾਹੀਂ ਸਿੱਧੀ ਰਿਸ਼ਵਤ ਹੈ ਵੋਟਾਂ ਲੈਣ ਵਾਸਤੇ। ਇਸ ਦਾ ਅਸਰ ਯੂਪੀ ਦੇ ਸਾਰੇ ਹੀ ਇਲਾਕਿਆਂ 'ਚ, ਬਿਹਾਰ ਦੇ, ਝਾਰਖੰਡ ਦੇ ਸਾਰੇ ਹੀ, ਮੱਧ ਪ੍ਰਦੇਸ਼ ਦੇ ਜ਼ਿਲ੍ਹਿਆਂ 'ਚ ਦਿਖਿਆ ਹੈ ਕਿ ਜ਼ਮੀਂਦਾਰਾਂ ਨੇ, ਗਰੀਬ ਜ਼ਮੀਂਦਾਰਾਂ ਨੇ ਖਾਤੇ ਜਾ ਕੇ ਚੈੱਕ ਕੀਤੇ ਨੇ, ਜਿਨ੍ਹਾਂ ਦੇ ਖਾਤਿਆਂ 'ਚ ਉਹ ਪੈਸਾ ਆ ਗਿਆ ਉਹਨਾਂ ਨੇ ਹਿੰਦੁੱਤਵਾ ਸਰਕਾਰ ਨੂੰ ਵੋਟਾਂ ਪਾਈਆਂ ਨੇ। ਦੂਸਰਾ ਏਜੰਡਾ ਮੋਦੀ ਨੇ ਖੇਡਿਆ ਕਿ ਸਾਰੇ ਹੀ ਸਾਧੂਆਂ ਨੂੰ, ਦੇਖੋ ਜ਼ਮੀਂਦਾਰਾਂ ਨੂੰ ਤਾਂ ਉਹ ਦੇ ਰਿਹਾ 2000 ਪੈਨਸ਼ਨ, ਸਾਧੂਆਂ ਨੂੰ ਦੇ ਰਿਹਾ 3000 ਰੁਪਏ ਮਹੀਨਾ ਪੈਨਸ਼ਨ, ਨਾਲੇ ਜਿਹਨਾਂ ਦਾ ਕੋਈ ਟੱਬਰ ਨਹੀਂ। ਬਿਲਕੁਲ, ਰਾਤੋ ਰਾਤ ਭਾਰਤ 'ਚ ਜੇ ਅਸੀਂ ਸਾਧੂਆਂ ਦੀ ਗਿਣਤੀ ਦਾ ਦੇਖੀਏ ਕਿ ਬਈ ਕਿੰਨੇ ਸਾਧੂਆਂ ਨੂੰ
ਹੁਣ ਇਹ ਆਰ ਟੀ ਆਈ ਰਾਹੀਂ ਆਪਣਾ ਗ੍ਰਹਿ ਮੰਤਰਾਲਾ ਇਸ ਦੀ ਕੋਈ ਜਾਣਕਾਰੀ ਵੀ ਨਹੀਂ ਦੇ ਰਿਹਾ ਕਿ ਭਾਰਤ ਵਿੱਚ ਕਿੰਨੇ ਸਾਧੂਆਂ ਨੂੰ 3000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾ ਰਹੀ ਹੈ ਕਿਉਂ ਦਿੱਤੀ ਜਾ ਰਹੀ ਹੈ ਵਿਲੜ ਸਾਧ ਬਹੁਤ ਵੱਧ ਗਏ ਨੇ ਰਾਤੋ ਰਾਤ ਵੱਧ ਗਏ ਕਈ ਜਾਲੀ ਬਣ ਗਏ ਨੇ ਸਾਧ ਮੈਂ ਕਹਿੰਦਾ ਕਈ ਗੁਣਾ ਵੱਧ ਗਏ ਨੇ ਜੀ ਕਿਉਂਕਿ ਇਹਨਾਂ ਨੇ ਮੱਠ ਨੇ ਜਿਹੜੇ ਜਾਂ ਡੇਰੇ ਨੇ ਉਹ ਕਾਬੂ ਕੀਤੇ ਨੇ ਜਿੱਥੇ ਵੋਟਾਂ ਦਾ ਬੇਤਹਾਸ਼ਾ ਵੋਟਾਂ ਇਸ ਵਾਰੀ ਦੇਖੋ ਕਿ ਕਿੰਨੀਆਂ ਵੋਟਾਂ ਨੇ ਸਾਧੂਆਂ ਨੇ ਲਾਈਨਾਂ 'ਚ ਲੱਗ ਲੱਗ ਕੇ ਕਾਸਟ ਕੀਤੀ ਇੰਨੀ ਵੱਡੀ ਰਿਸ਼ਵਤ ਦੇਣ ਦੇ ਬਾਵਜੂਦ ਮੈਂ ਜਿਹੜੀ ਗੱਲ ਤੁਹਾਨੂੰ ਕਹਿਣਾ ਚਾਹ ਰਿਹਾ ਸੀ ਮੋਦੀ ਔਰ ਸ਼ਾਹ ਦੀ ਜੁੰਡਲੀ ਨੂੰ ਇਹ ਭਰੋਸਾ ਨਹੀਂ ਸੀ ਕਿ ਉਹ ਜਿੱਤ ਰਹੀ ਹੈ ਵਾਰਾਣਸੀ 'ਚ ਮੋਦੀ ਹਾਰ ਰਿਹਾ ਸੀ ਇਸ ਲਈ ਉਹਨਾਂ ਨੇ ਇੱਕ ਰਾਤ ਪਹਿਲਾਂ ਗੇਮ ਖੇਡੀ ਕਿ ਜਿਹੜੇ ਜਿਹੜੇ ਪਿੰਡਾਂ 'ਚ ਉਹਨਾਂ ਨੇ ਸ਼ਨਾਖਤ ਕਰਾਈ ਪਿੰਡਾਂ ਦੀ ਕਿ ਬਈ ਕਿੱਥੋਂ ਕਿੱਥੋਂ ਮੋਦੀ ਸਾਹਿਬ ਹਾਰਦੇ ਪਏ ਨੇ ਉਹਨਾਂ ਥਾਵਾਂ 'ਤੇ ਰਾਤ ਨੂੰ ਜਾ ਕੇ ਉਹਨਾਂ ਨੇ 500-500 ਰੁਪਏ 'ਚ ਦੇ ਕੇ ਲੋਕਾਂ ਨੂੰ ਬੁਲਾ ਲਿਆ ਦਿੱਤੇ ਅਤੇ ਜਬਰੀ ਉਹਨਾਂ ਦੀ ਉਂਗਲ 'ਤੇ ਆ ਨਿਸ਼ਾਨ ਲਾ ਦਿੱਤੇ ਸਿਆਹੀ ਦੇ ਜਿਹੜੇ ਵੋਟ ਵੋਟ ਭੁਗਤਾਨ ਵੇਲੇ ਸਿਆਹੀ ਪਹਿਲੀ ਗੱਲ ਉਹ ਸਿਆਹੀ ਪਬਲਿਕਲੀ ਤੌਰ 'ਤੇ ਉਹਨਾਂ ਨੂੰ ਕਿੱਥੋਂ ਮਿਲ ਗਈ ਇਹ ਵੀ ਇੱਕ ਅਪਰਾਧ ਆ ਦੂਸਰੀ ਚੀਜ਼ ਇੱਕ ਦਿਨ ਪਹਿਲਾਂ ਹੀ ਉਹਨਾਂ ਦੀ ਵੋਟ ਭੁਗਤ ਗਈ ਇਹ ਵੀ ਇੱਕ ਭਾਰਤ 'ਚ ਬਹੁਤ ਵੱਡਾ ਸਕੈਂਡਲ ਅਤੇ ਅਪਰਾਧ ਹੋਇਆ ਤੀਸਰੀ ਚੀਜ਼ ਪਿੰਡਾਂ ਦੇ ਪਿੰਡਾਂ ਨੇ ਘੱਟੋ ਘੱਟ 100-100 ਵੋਟਰਾਂ ਨੇ ਵਾਇਰਲ ਹੋਈ ਹੋਈ ਹੈ ਸਾਰੀ ਮੀਡੀਆ 'ਚ ਪਈ ਹੈ ਖਬਰਾਂ ਸਾਰੇ ਚੈਨਲਾਂ ਤੱਕ ਪਹੁੰਚੀਆਂ ਨੇ ਪਰ ਇਹ ਖਬਰਾਂ ਲੱਗਣ ਨਹੀਂ ਦਿੱਤੀਆਂ ਮੋਦੀ ਨੇ ਸੋਸ਼ਲ ਮੀਡੀਆ 'ਤੇ ਤੁਸੀਂ ਇਹਨਾਂ ਨੂੰ ਲੱਭ ਸਕਦੇ ਹੋ ਉਹਨਾਂ ਨੇ 100-100 ਦੀ ਗਿਣਤੀ 'ਚ 250-250 ਦੀ ਗਿਣਤੀ 'ਚ ਕਈ ਪਿੰਡਾਂ 'ਚ ਜਾ ਕੇ ਥਾਣੇ 'ਚ ਰਪਟ ਕਰਵਾਈ ਵਿਰੋਧੀ ਧਿਰ ਨੇ ਕਿ ਬਈ ਸਾਡੀ ਆ ਵੋਟ ਰਾਤ ਨੂੰ ਕਿਵੇਂ ਭੁਗਤ ਗਈ ਉਹ ਤਾਂ ਬਨਾਰਸ ਕਰਕੇ ਉੱਥੇ ਸਾਰਾ ਮੀਡੀਆ ਆਇਆ ਸੀ ਨਹੀਂ ਤਾਂ ਉੱਥੇ ਤੁਸੀਂ ਵੇਖੋ ਜਿਹੜੀ ਇਹ ਵੀਡੀਓ ਆਈ ਹੈ ਉਹਦੇ 'ਚ ਕਿੰਨੇ ਸਾਰੇ ਮਾਇਕ ਆਈ ਡੀ ਨੇ ਉਹ ਤਾਂ ਮਜਬੂਰਨ ਜਿਹੜਾ ਗੋਦੀ ਜਾਂ ਘੋੜੀ ਮੀਡੀਆ ਉਹਨੂੰ ਵੀ ਖਬਰ ਲਿਆਉਣੀ ਪੈ ਗਈ ਜਦੋਂ ਲੋਕ ਇਕੱਠੇ ਹੋ ਕੇ ਮੈਂ ਤੁਹਾਨੂੰ ਉਹੀ ਕਹਿ ਰਿਹਾ ਆਪ ਮੁਹਾਰੇ ਲੋਕ ਇਕੱਠੇ ਹੋ ਗਏ ਥਾਣਿਆਂ ਦਾ ਘੇਰਾਓ ਕੀਤਾ ਹਜ਼ਾਰਾਂ ਦੀ ਗਿਣਤੀ 'ਚ ਮਤਲਬ ਪੂਰਾ ਪੂਰਾ ਪਿੰਡ ਥਾਣੇ ਪਹੁੰਚ ਗਿਆ ਤੁਸੀਂ ਉਸ ਵੀਡੀਓ ਪੰਜਾਬ 'ਚ ਕੀ ਸਥਿਤੀ ਹੈ ਇੱਕ ਰਾਜਾ ਵੜਿੰਗ ਦੀ ਇੰਟਰਵਿਊ ਵਾਇਰਲ ਹੋਈ ਹੈ ਇੱਕ ਆਡੀਓ ਵਾਇਰਲ ਹੋਈ ਹੈ ਕਿਸੇ ਨੂੰ ਫੋਨ ਕਰ ਰਹੇ ਨੇ ਕਿ ਜਿੰਨੇ ਵੀ ਇਹ ਜਿਹੜੇ ਦਲਿਤ ਵੀਰ ਨੇ ਗੁਰਬਤ ਮਾਰੇ ਲੋਕ ਨੇ ਬਠਿੰਡਾ 'ਚ ਇਹਨਾਂ ਦੀਆਂ ਸਾਰਿਆਂ ਦੀ ਹਜ਼ਾਰ ਹਜ਼ਾਰ 'ਚ ਵੋਟ ਖਰੀਦ ਲਓ ਉਹਨੂੰ ਕੋਈ ਬੰਦਾ ਕਹਿ ਰਿਹਾ ਜੀ ਅੱਜ ਕੱਲ੍ਹ ਲੋਕ ਸਿਆਣੇ ਹੋ ਗਏ ਵੋਟਾਂ ਨਹੀਂ ਵੇਚ ਰਹੇ ਉਹ ਕਹਿੰਦਾ ਰਾਜੇ ਦੀ ਆਵਾਜ਼ 'ਚ ਆਉਂਦਾ ਜਾਂ ਉਹ ਐਡਿਟ ਆ ਜਾਂ ਪਤਾ ਨਹੀਂ ਡੋਂਟ ਨੋ ਅਜੇ ਬਾਹਲਾ ਸਾਹਮਣੇ ਨਹੀਂ ਆਈ ਉਹ ਜਿਹੜੀ ਵਾਇਰਲ ਹੋਈ ਸੀ ਕਿ ਹਜ਼ਾਰ ਦੀ ਭੇਡ ਅਤੇ 15 ਹਜ਼ਾਰ ਦਾ ਢੇਡ ਅਤੇ 1500 ਦੀ ਭੇਡ ਜਿੱਥੋਂ ਮਰਜ਼ੀ ਖਰੀਦ ਲਓ ਸੋ ਇਹ ਵੋਟਾਂ ਖਰੀਦਣ ਦਾ ਸਿਲਸਿਲਾ ਜਿਵੇਂ ਬਠਿੰਡੇ 'ਚ ਵੀ ਗੱਲ ਹੋਈ ਸੀ ਕਿ ਬਾਦਲ ਪਰਿਵਾਰ ਵੀ ਪੈਸੇ ਵਾਲਾ ਪੰਜਾਬ 'ਚ ਤੁਹਾਨੂੰ ਲੱਗਦਾ ਕਿ ਵੋਟ ਕਿਤੋਂ ਖਰੀਦੀ ਗਈ ਇਸ ਤਰ੍ਹਾਂ ਗਰੀਬ ਵੋਟ ਮੈਨੂੰ ਐਤਕੀ ਨਹੀਂ ਦਿਖਿਆ ਜੀ ਕਿਉਂਕਿ ਬਠਿੰਡੇ 'ਚ ਫੜੇ ਗਏ ਕੁਛ ਲੋਕ ਦਿੱਲੀ ਤੋਂ ਜੋ ਆਏ ਸੀਗੇ ਹਾਂ ਮੈਂ ਤੁਹਾਨੂੰ ਉਹੀ ਕਹਿ ਰਿਹਾ ਵੱਡੇ ਲਾਰਜ ਸਕੇਲ 'ਤੇ ਐਸਾ ਕੁਛ ਹੋਇਆ ਹੋਏ ਮੈਨੂੰ ਐਸਾ ਐਤਕੀ ਪੰਜਾਬ ਵਿੱਚ ਨਹੀਂ ਦਿਖਿਆ ਹਾਲਾਂਕਿ ਇੱਕ ਵੀਡੀਓ ਅਨੰਦਪੁਰ ਸਾਹਿਬ ਤੋਂ ਵੀ ਵਾਇਰਲ ਹੋਈ ਹੈ ਕਿ ਉੱਥੇ ਵੀ ਇਹ ਕੋਸ਼ਿਸ਼ ਕੀਤੀ ਗਈ ਪਰ ਜ਼ਮੀਨੀ ਹਾਲਾਤ 'ਚ ਇਹ ਚੀਜ਼ ਵੱਡੇ ਪੱਧਰ 'ਤੇ ਦਿਖੀ ਨਹੀਂ ਹੈ ਕਿਉਂਕਿ ਲੋਕ ਜਿਹੜੇ ਸੋਸ਼ਲ ਮੀਡੀਆ ਆ ਗਿਆ ਸਾਧਨ ਆ ਗਏ ਨੇ ਡਰਦੇ ਆ ਜਿਵੇਂ ਰਾਜਾ ਵੜਿੰਗ ਵੀ ਜਿਹੜਾ ਆਇਆ ਸੀ ਬਢਲਾਡੇ ਪੈਸੇ ਦਿੱਤੇ ਸੀ ਕਿਸੇ ਬੰਦੇ ਨੂੰ ਉਹ ਸਾਹਮਣੇ ਆ ਗਿਆ ਮਤਲਬ ਇਸ ਕਰਕੇ ਸਿਆਸਤਦਾਨ ਵੀ ਹੁਣ ਮਤਲਬ ਜਿਵੇਂ ਕਹਿੰਦੇ ਨੇ ਕਿ ਚੋਰ ਦੇ ਪੈਰ ਨਹੀਂ ਹੁੰਦੇ ਦੂਸਰਾ ਜੀ ਪਰ ਜਿਹੜੀ ਗੱਲ ਤਾਂ ਮੈਂ ਉਹ ਕਰ ਰਿਹਾ ਸੀ ਕਿ ਮੋਦੀ ਵਾਲੀ ਮੋਦੀ ਦੇ ਔਰ ਸ਼ਾਹ ਨੇ ਅਖੀਰਲੇ ਗੇੜੀ 'ਚ ਬਿਹਾਰ 'ਚ ਔਰ ਬਾਕੀ ਸੂਬਿਆਂ 'ਚ ਜਿੱਥੇ ਜਿੱਥੇ ਵੀ ਅਖੀਰਲੇ ਗੇੜ ਦੀ ਵੋਟਿੰਗ ਹੋਈ ਹੈ ਉੱਥੇ ਇਹਨਾਂ ਨੇ ਵੱਡੇ ਪੱਧਰ 'ਤੇ ਆ ਘਪਲਾ ਕੀਤਾ ਜੀ ਅੱਛਾ ਇੱਕ ਹੋਰ ਔਰ ਉਸ ਦੇ ਹਾਕੀ 'ਚ ਇਲੈਕਸ਼ਨ ਕਮਿਸ਼ਨਰ ਭੁਗਤਿਆ ਕਿਸੇ ਥਾਂ ਤੇ ਵੀ ਇਲੈਕਸ਼ਨ ਉਹਨਾਂ ਨੇ ਕੈਂਸਲ ਨਹੀਂ ਕੀਤਾ ਦੇਖੋ ਅਸ਼ੋਕ ਲਵਾਸਾ ਨੇ ਜਿਹੜੇ ਮੈਂਬਰ ਨੇ ਇਲੈਕਸ਼ਨ ਕਮਿਸ਼ਨ ਦੇ ਉਹ ਇਹਨਾਂ ਦੇ ਵਿਰੋਧ 'ਚ ਬੈਠੇ ਨੇ ਕਿ ਕਿਉਂ ਕਲੀਨ ਚਿੱਟ ਦਿੱਤੀ ਗਈ ਹੈ ਮੈਂ ਮੀਟਿੰਗਾਂ 'ਚ ਹਿੱਸਾ ਨਹੀਂ ਲਵਾਂਗਾ ਜਿੰਨੀ ਦੇਰ ਮੇਰਾ ਵਿਊਜ਼ ਰਿਕਾਰਡ ਨਹੀਂ ਕੀਤਾ ਜਾਂਦਾ ਦੂਸਰਾ ਕਿ ਕਿਸੇ ਵੀ ਕੱਟੜਤਾ ਕਿਸੇ ਵੀ ਧਰਮ ਦੀ ਫੇਲ ਹੋ ਰਹੀ ਹੈ ਮੋਦੀ ਸਾਹਿਬ ਨੇ ਬਥੇਰੀ ਕੱਟੜਤਾ ਘਰ ਵਾਪਸੀ ਗਊ ਰੱਖਿਆ ਕਰਕੇ ਵੇਖ ਲਿਆ ਪਰ ਮੈਜੋਰਟੀ 'ਚ ਕਿਤੇ ਨਜ਼ਰ ਨਹੀਂ ਆ ਰਿਹਾ ਮੋਦੀ ਫੇਲ ਹੈ ਬੁਰੀ ਤਰ੍ਹਾਂ ਕੱਟੜਤਾ ਅਤੇ ਇਸ ਦੌਰਾਨ ਕੀ RSS ਥੋੜ੍ਹਾ ਸਮਝੇਗੀ ਕਿ ਮਨਿਓਰਟੀਜ਼ ਨੂੰ ਵੀ ਮਾਣ ਨਾਲ ਰਹਿਣ ਦਾ ਹੱਕ ਦਿੱਤਾ ਜਾਵੇ ਜਾਂ ਅਜੇ ਵੀ ਉਹੀ ਕੱਟੜਤਾ ਦਾ ਪੈਟਰਨ BJP RSS ਲਾਗੂ ਰੱਖੇਗੀ ਨਹੀਂ RSS ਔਰ BJP ਦਾ ਜਿਹੜਾ ਸਾਰਾ ਦਾਰੋਮਦਾਰ ਹੈਗਾ ਉਹ ਸਾਵਰਕਰ ਦੀਆਂ ਨੀਤੀਆਂ 'ਤੇ ਹੈਗਾ ਸਾਵਰਕਰ ਦੀ ਟੋਟਲ ਨੀਤੀ ਹਿੰਦੁੱਤਵਾ ਕੱਟੜਵਾਦ 'ਤੇ ਹੈਗੀ ਹੈ ਜੇ RSS ਔਰ ਭਾਜਪਾ ਹਿੰਦੁੱਤਵਾ ਕੱਟੜਵਾਦ ਛੱਡ ਦਿੰਦੇ ਨੇ ਫਿਰ ਆ ਭਾਰਤ ਦੀ ਪੋਲੀਟਿਕਸ ਵਿੱਚੋਂ ਸਿਫਰ ਹੋ ਜਾਣਗੇ ਖਤਮ ਹੋ ਜਾਣਗੇ ਅਤੇ ਇਸ ਲਈ ਮੈਨੂੰ ਕੋਈ ਉਮੀਦ ਨਹੀਂ ਹੈਗੀ ਚਾਹੇ ਹਾਰਨ ਚਾਹੇ ਜਿੱਤਣ ਇਹ ਹਿੰਦੁੱਤਵਾ ਦੀ ਪੋਲੀਟਿਕਸ ਨਹੀਂ ਛੱਡਦੇ ਮਤਲਬ ਮਿਨੋਰਟੀ ਲਈ ਖਤਰਾ ਹੀ ਖਤਰਾ ਬਣੇ ਰਹਿਣਗੇ
ਕਿਉਂਕਿ ਇਹਨਾਂ ਨੇ ਘੱਟ ਗਿਣਤੀਆਂ ਰਹਿਤ ਭਾਰਤ ਦੀ ਘੋਸ਼ਣਾ ਕਰ ਦਿੱਤੀ ਹੈ ਔਰ ਬੜੇ ਸ਼ਰੇਆਮ ਕਿਹਾ ਕਿ ਇਸ ਰਾਸ਼ਟਰ ਮੇਂ ਰਹਿਣਾ ਹੋਗਾ ਤੋ ਹਿੰਦੂ ਰਾਸ਼ਟਰ ਸੈਨਾ ਹੋਗਾ ਇਹਨਾਂ ਦਾ ਨਾਰਾ ਸੀ ਉਹ ਤਾਂ ਦੇਖੋ ਕਿ ਮੋਦੀ ਸਾਹਿਬ ਪ੍ਰਗਿਆ ਇੱਕ ਆਮ ਉਮੀਦਵਾਰ ਹੈ ਸੀਟ ਜਿੱਤਣੀ ਪਤਾ ਨਹੀਂ ਨਹੀਂ ਜਿੱਤਣੀ ਪਰ ਪ੍ਰਗਿਆ ਨੂੰ ਵੀ ਐਕਸ਼ਨ ਨਹੀਂ ਲੈ ਰਹੇ ਬੀਜੇਪੀ ਉਹਦੇ 'ਤੇ ਕਹਿੰਦੇ ਨੇ ਅਸੀਂ ਮਨ ਤੋਂ ਮਾਫ਼ ਨਹੀਂ ਕਰਾਂਗੇ ਵਧੀਆ ਬਹਾਨਾ ਮਨ ਕੀ ਬਾਤ ਕਿ ਮੈਂ ਮਨੋਂ ਕਦੇ ਵੀ ਮਾਫ਼ ਨਹੀਂ ਕਰਾਂਗਾ ਤੁਸੀਂ ਪ੍ਰਾਈਮ ਮਿਨਿਸਟਰ ਹੋ ਇੱਕ ਰਾਸ਼ਟਰਪਿਤਾ ਕਹੇ ਜਾਂਦੇ ਕਰਮਚੰਦ ਮੋਹਨਦਾਸ ਗਾਂਧੀ ਦੇ ਕਾਤਲ ਨੂੰ ਉਹ ਜਸਟੀਫਾਈ ਕਰ ਰਹੀ ਹੈ ਪ੍ਰਗਿਆ ਤੁਸੀਂ ਉਹਦੇ ਖਿਲਾਫ ਐਕਸ਼ਨ ਨਹੀਂ ਲੈ ਰਹੇ ਦੂਜਾ ਹੁੰਦਾ ਦੇਸ਼ ਧਰੋਹ ਦਾ ਮੁਕੱਦਮਾ ਹੋ ਜਾਂਦਾ ਦੇਖੋ ਬੜੀ ਸਪਸ਼ਟ ਜਿਹੀ ਗੱਲ ਜੇ ਪਰਮਿੰਦਰ ਸਿੰਘ ਜੀ ਜੀ ਕਿ ਕਿਸੇ ਵੀ ਰਾਸ਼ਟਰ ਦੇ ਰਾਸ਼ਟਰਪਿਤਾ ਨੂੰ ਦੇਸ਼ ਧਰੋਹੀ ਗਰਦਾਨ ਦੇਣਾ ਆਪਣੇ ਆਪ ਵਿੱਚ ਹੀ ਸੰਵਿਧਾਨਕ ਤੌਰ ਤੇ ਉਸ ਉਮੀਦਵਾਰ ਦਾ ਦੇਸ਼ ਧਰੋਹ ਹੈ ਤੇ ਜੇ ਮੋਦੀ RSS ਧਿਰਾਂ ਰਾਸ਼ਟਰਪਤੀ ਰਾਸ਼ਟਰ ਵਾਸਤੇ ਚਿੰਤਤ ਹੁੰਦੀਆਂ ਤੇ ਰਾਸ਼ਟਰ ਦੀ ਏਕਤਾ ਅਖੰਡਤਾ ਚਾਹੁੰਦੀਆਂ ਹੁੰਦੀਆਂ ਤੇ ਇਲੈਕਸ਼ਨਾਂ ਦੇ ਦੌਰਾਨ ਹੀ ਉਹਨਾਂ ਨੂੰ ਕਹਿ ਦੇਣਾ ਚਾਹੀਦਾ ਸੀ ਕਿ ਅਸੀਂ ਪ੍ਰਗਿਆ ਠਾਕੁਰ ਦੀ ਉਮੀਦਵਾਰੀ ਕੈਂਸਲ ਕਰਦੇ ਹਾਂ ਇਹ ਸਾਡਾ ਉਮੀਦਵਾਰ ਨਹੀਂ ਹੈ ਅਸੀਂ ਇਸ ਨੂੰ ਪਾਰਟੀ ਚੋਂ ਕੱਢਿਆ ਦੇਖੋ ਇੱਕ ਸੀਟ ਦੀ ਸ਼ਹਾਦਤ ਨਾਲ ਮੈਂ ਇਹਨੂੰ ਸ਼ਹਾਦਤ ਮੰਨਦਾ ਭਾਰਤ ਵਾਸਤੇ ਜੇ ਧਿਰਾਂ ਭਾਰਤ ਵਾਸਤੇ ਵਾਕਈ ਰਾਸ਼ਟਰਵਾਦੀ ਹੁੰਦੀਆਂ ਤੇ ਫਿਰ ਇਹਨਾਂ ਦੀ ਇਹ ਬੜੀ ਵੱਡੀ ਇੱਕ ਸ਼ਹਾਦਤ ਆਉਂਦੀ ਕਿ ਪ੍ਰਗਿਆ ਨੂੰ ਆਪਣੇ ਚੋਂ ਕੱਢ ਦਿੰਦੇ ਤੇ ਇੱਕ ਸੀਟ ਛੱਡਿਆ ਕੀ ਇਹਨਾਂ ਦਾ ਵਿਗੜ ਜਾਣਾ ਸੀ 544 ਪਰ ਮੈਂ ਇਸੇ ਲਈ ਕਹਿ ਰਿਹਾ ਕਿ ਕੱਟੜਤਾ ਤੇ ਹਿੰਦੁੱਤਵਾ ਦੇ ਨਾਅਰੇ ਨੂੰ ਇਹਨਾਂ ਨੇ ਸਥਾਪਿਤ ਕਰਨ ਵਾਸਤੇ ਤੇ ਭਾਰਤ ਨੂੰ ਸੰਦੇਸ਼ ਦੇਣ ਵਾਸਤੇ ਕਿ ਸਾਡਾ ਅਗਲਾ ਏਜੰਡਾ ਜੋ ਮਰਜ਼ੀ ਹੋ ਜਾਏ ਚਾਹੇ ਅਸੀਂ ਹਾਰ ਵੀ ਜਾਈਏ ਚਾਹੇ ਪੂਰਾ ਸਾ ਭਾਰਤ ਸਾਨੂੰ ਨਗਲੈਕਟ ਵੀ ਕਰਦੇ ਸਾਡਾ ਏਜੰਡਾ ਹਿੰਦੁੱਤਵਾ ਦਾ ਰਹੇਗਾ ਤੇ ਅਸੀਂ ਪ੍ਰਗਿਆ ਵਰਗੀਆਂ ਵਿਚਾਰਧਾਰਾਵਾਂ ਨੂੰ ਅੱਗੇ ਲੈ ਕੇ ਜਾਵਾਂਗੇ ਹੀ ਜਾਵਾਂਗੇ ਤੇ ਇਸ ਲਈ ਪ੍ਰਗਿਆ ਨੇ ਜੋ ਗੱਲਾਂ ਕਹੀਆਂ ਮੋਦੀ ਔਰ ਸ਼ਾਹ ਨੇ ਜੋ ਉਸਦਾ ਔਰ ਭਾਜਪਾ ਨੇ ਸਾਥ ਦਿੱਤਾ ਉਹ ਬੜਾ ਸਪਸ਼ਟ ਏਜੰਡਾ ਹੈਗਾ ਕਿ ਉਹਨਾਂ ਨੇ ਭਾਰਤ ਵਿੱਚ ਰਾਸ਼ਟਰਵਾਦੀ ਤਾਕਤਾਂ ਨੂੰ ਭਾਰਤ ਦੇ ਸੰਵਿਧਾਨ ਨੂੰ ਔਰ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਚੈਲੰਜ ਕਰਕੇ ਕਹਿ ਦਿੱਤਾ ਕਿ ਬਈ ਅਸੀਂ ਭਾਰਤ ਨੂੰ ਚਾਹੇ ਵੰਡ ਦਈਏ ਦੁਬਾਰਾ ਚਾਹੇ ਖੰਡਰਾ ਦਈਏ ਦੁਬਾਰਾ ਪਰ ਅਸੀਂ ਹਿੰਦੁੱਤਵਾ ਦਾ ਏਜੰਡਾ ਬਿਲਕੁਲ ਨਹੀਂ ਛੱਡਾਂਗੇ ਇਹ ਸਪਸ਼ਟ ਸੰਦੇਸ਼ 'ਚ ਜੀ ਸੋ ਇਸ ਦੇ ਨਾਲ ਹੀ ਸਾਹਿਬ ਤਿੰਦਰਪਾਲ ਸਿੰਘ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਅਤੇ ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਸਤਿਕਾਰ ਦਰਸ਼ਕਾਂ ਤੋਂ ਮੈਂ ਪਰਮਿੰਦਰ ਸਿੰਘ ਜਵਾਣਾ ਵੀ ਇੱਥੇ ਹੀ ਅੱਗੇ ਚਾਹਾਂਗਾ ਧੰਨਵਾਦ ਸਤਿ ਸ਼੍ਰੀ ਅਕਾਲ